ਮਾਂ ਮੈਂ ਜਾਣੀ ਆ ਕਾਲਜ। ਹੁਣੇ ਜਾਣੀ ਆ ਤੂੰ ਕਾਲਜ? ਹਾਂ 8:30 ਤਾਂ ਹੋ ਗਏ। 8:30 ਹੋਇਆ ਫਿਰ ਬਸ ਤਾਂ ਤੇਰੀ 9 ਵਜੇ ਆਉਂਦੀ ਹੈਗੀ। ਮਾਂ ਪਤਾ ਕੀ ਹੈ, ਪਾਪੇ ਨੂੰ ਗੱਪ ਮਾਰ ਕੇ ਜਾਊਂਗੀ ਮੈਂ, ਉਹਨੂੰ ਐ ਕਹੂੰਗੀ ਵੀ ਕਾਲਜ 'ਚ ਅੱਜ ਪਹਿਲਾਂ ਬੁਲਾਇਆ। ਨਾ ਗੱਪ ਮਾਰ ਕੇ ਫਿਰ ਜਾਏਂਗੀ ਕਿੱਥੇ? ਪ੍ਰੀਤ ਭੈਣ ਦੇ ਘਰੇ ਜਾਊਂਗੀ ਕੈਨੇਡਾ ਵਾਲੀ ਗੱਲ ਕਰਨ, ਹੋਰ ਕਿੱਥੇ ਜਾਣਾ। ਤੂੰ ਆ ਕੇ ਵਗ ਜੀ ਉਹਦੇ ਕੋਲੇ, ਨਾਲੇ ਤਾਂ ਤੂੰ ਆਪ ਗਾਲਾਂ ਖਾਏਂਗੀ ਜੇ ਉਹਨੂੰ ਪਤਾ ਲੱਗ ਗਿਆ ਤਾਂ, ਨਾਲੇ ਗਾਲਾਂ ਮੈਨੂੰ ਦੇਊਗਾ ਉਹ। ਮਾਂ ਪਾਪਾ ਮੈਨੂੰ ਆ ਕੇ ਕਿੱਥੇ ਜਾਣ ਦੇ ਦੂਗਾ, ਕੱਲੇ ਕੱਲੇ ਮਿੰਟ ਦਾ ਹਿਸਾਬ ਕਿਤਾਬ ਰੱਖਦਾ ਉਹ। ਮੈਂ ਤੈਨੂੰ ਐਂ ਕਹਿੰਦੀ ਸੀ ਥੋੜ੍ਹਾ ਜਿਹਾ ਮੇਰੇ ਨਾਲ ਕੰਮ ਕਰਾ ਜਾ, ਹੋਰ ਤੈਥੋਂ ਮੈਂ ਕੀ ਕਰਾਉਣਾ ਸੀਗਾ। ਮਾਂ ਦੇਖੀ ਮੀਂਹ ਤਾਂ ਦੇਖ ਲੈ ਕਿੰਨਾ ਪਈ ਜਾਂਦਾ, ਮੈਂ ਕੰਮ ਕਰਵਾ ਕੇ ਫਿਰ ਤਾਂ ਕਾਲਜ ਪਹੁੰਚ ਗਈ। ਚੱਲ ਚੰਗਾ, ਗੱਲ ਸੁਣੋ, ਧਿਆਨ ਨਾਲ ਗੱਲ ਕਰ ਲਈ, ਸਾਰਿਆਂ ਨੂੰ ਪੁੱਛ ਲਈ ਸਮਾਰ ਕੇ ਵੀ ਕਿਵੇਂ ਕੋਈ ਕਾਗਜ਼ ਪੱਤਰ ਤਿਆਰ ਕਰਨਾ, ਆਪਾਂ ਚੋਰੀਆਂ ਕਰ ਲਾਂਗੇ। ਹਾਂ ਮੈਂ ਵੀ ਆਹੀ ਕਹਿੰਦੀ ਸੀ, ਮੈਂ ਨਾ ਪਾਸਪੋਰਟ ਚੋਰੀਓ ਬਣਵਾ ਲੂੰਗੀ ਪਾਪੇ ਤੋਂ। ਆਹੋ ਤੂੰ ਸਾਰੀ ਗੱਲ ਕਰ ਲਈ ਪ੍ਰੀਤ ਨਾਲ, ਤੇ ਫਿਰ ਮੈਨੂੰ ਸ਼ਾਮ ਨੂੰ ਦੱਸੀ ਕੀ ਕਹਿੰਦੀ। ਜੇ ਪਾਪਾ ਪੁੱਛੂਗਾ ਉਹਨੂੰ ਐਂ ਕਹਿ ਦੇਵੀ ਅੱਜ ਕਾਲਜ 'ਚ ਪਹਿਲਾਂ ਬੁਲਾਇਆ ਸੀਗਾ। ਉਹਨੂੰ ਤਾਂ ਮੈਂ ਕਹਿ ਦੂੰਗੀ, ਤੇ ਜੇ ਕਿਤੇ ਰਾਹ ਖੜੇ ਤੈਨੂੰ ਟੱਕਰ ਗਿਆ ਤੂੰ ਵੀ ਸੰਭਲ ਜੀ, ਫਿਰ ਗੱਲ ਉਸ ਹਿਸਾਬ ਨਾਲ ਕਰ ਲਈ। ਚੱਲ ਚੰਗਾ ਚੰਗਾ ਜਾ। ਉਹ ਰੱਬਾ ਹਟ ਜਾ, ਹੁਣ ਤਾਂ ਬਹੁਤ ਪਾਤਾ ਮੀਂਹ, ਕਾਹਨੂੰ ਹਟਦਾ। ਕਾਲਜ ਹੀ ਆਉਂਦੀ ਸੀ ਪਾਪਾ। ਕਾਲਜ? ਹਜੇ ਤਾਂ ਟਾਈਮ ਹੀ ਕੁਛ ਨਹੀਂ ਹੋਇਆ, 9 ਵਾਲੀ ਬੱਸ ਚੜ੍ਹਦੇ ਹੁੰਦੇ ਹੋ। ਉਹ ਮਤਲਬ ਕਿ ਨਾ ਅੱਜ ਕਾਲਜ ਵਾਲੇ ਨੇ ਥੋੜ੍ਹਾ ਜਿਹਾ ਪਹਿਲਾਂ ਬੁਲਾਇਆ ਸੀ ਵੀ ਥੋੜ੍ਹਾ ਜਿਹਾ ਪਹਿਲਾਂ ਆ ਜਾਇਓ, ਉਹ ਫਿਰ ਉਹਦੇ ਤੀਆਂ ਨਹੀਂ ਮਨਾਉਣਗੇ ਐਤਵਾਰ ਨੂੰ, ਫਿਰ ਉਹਨਾਂ ਨੇ ਨਾ ਕੋਈ ਇਨਾਮ ਨੂੰ ਲਿਖਾਉਣੇ ਹੋਣ। ਨਿਸ਼ਚਿਤ ਕਿਵੇਂ ਤਿਆਰ ਹੋ ਗਿਆ ਅੱਜ ਕਾਲਜ ਨੂੰ? ਬੋਲੀ ਹੈ ਤੂੰ ਜਮੀ, ਤੇ ਕੱਲ ਹੱਥ ਨੇ ਮੈਨੂੰ ਫੋਨ ਕਰਕੇ ਤਾਂ ਦੱਸਿਆ ਸੀਗਾ ਵੀ ਕਾਲਜ ਕੱਲ ਨੂੰ ਥੋੜਾ ਸੁਨੇਹਾ ਜਾਣਾ ਤੀਆਂ ਵਾਲੇ ਨਾਲ ਖਿਆਣੇ ਨੇ। ਅੱਛਾ ਅੱਛਾ, ਹਾਂ ਹਾਂ ਸੱਚ ਹਾਂ। ਉਹ ਭਾਈ ਇਹਨੂੰ ਸੁਨੇਹਾ ਸੁਨੂਹਾ ਲਾ ਦਿਆ ਕਰ, ਮਾੜਾ ਮੋਟਾ ਫੋਨ ਹੈ ਨਹੀਂਗਾ ਇਹਦੇ ਕੋਲੇ, ਤੇ ਮੇਰੇ ਵਾਲਾ ਨੰਬਰ ਉੱਥੇ ਹੈ ਨਹੀਂ, ਪਤਾ ਨਹੀਂ ਲਾਉਂਦੇ ਨਹੀਂ ਉਹ। ਕੋਈ ਨਾ ਚਾਚਾ, ਭੁੱਲ ਜਾਂਦੀ ਹੈ ਬੋਲੀ ਜੀ ਇਹ, ਤੇ ਨਾਲੇ ਦੇਖ ਕੇ ਮੈਨੂੰ ਨਾ ਉਹਦੀ ਝਾਟਾ ਢਕਣਾ ਯਾਦ ਆ ਜਾਂਦਾ ਇਹਦੇ। ਨੰਗੇ ਸਿਰ ਆਉਂਦੀ ਸੀ ਬਾਹਰ ਚ, ਮੈਂ ਖੜਾ ਸੀ ਉਹਦੀ, ਉਹ ਉੱਡ ਜਾਂਦੀ ਹੈ ਬਸ ਚੁੰਨੀ। ਹਾਂ ਮੀਂਹ ਚ ਉੱਡ ਜਾਂਦੀ ਆ, ਕਾਹਨੂੰ ਉੱਡਦੀ ਆ, ਜਦੋਂ ਮੈਂ ਪਾਸੇ ਉਹਨਾਂ ਉਹਦੀ ਉੱਡਦੀ ਆ। ਆ ਘੋਪ ਜਿਵੇਂ ਕੁੱਤੇ ਬਿੱਲੇ ਵਾਸਤੇ ਲੈਤੀ ਆ, ਕਿਤੇ ਮੈਨੂੰ ਤੇਰੇ ਵਿੱਚ ਦੀ ਨਾ ਕੱਢਣੀ ਪੈ ਜੇ ਤੈਨੂੰ ਮੈਂ ਦੱਸਾਂਗਾ। ਕਾਹਨੂੰ ਜਾ ਚਾਹੇ ਗਰਮ ਹੁੰਦਾ ਹੈ, ਤੇ ਤੂੰ ਕਿਤਾਬ ਨਹੀਂ ਲਈ ਏ, ਇਹ ਮੈਂ ਜਾਂਦੇ ਹੋਏ ਚੱਕ ਲੂੰ। ਚੱਲ ਫਿਰ ਹੁਣ ਉਧਰ ਨੂੰ ਜਾਉਂਗੀਆਂ, ਪਹਿਲਾਂ ਕਿਤਾਬਾਂ ਚੱਕਣਾ ਹੈ। ਫਿਰ ਮੀਂਹ ਬਾੜਾ ਆ ਗਿਆ, ਛੇਤੀ ਤੁਰਨਾ ਪਊਗਾ, ਫਿਰ ਅੱਡੇ ਤੇ ਪਹੁੰਚਾਂਗੇ, ਮੀਂਹ ਬਾੜਾ ਆ ਰਿਹਾ। ਚੱਲ ਕੁੜੀਆਂ ਜੀ ਦਾ ਸਰੇ ਪਿਆਗਾ, ਕਿਤੇ 8:30 ਵਜੇ ਤਿਆਰ ਹੋ ਜਾਣਗੇ, ਕਿਤੇ 9:30, ਵੀ ਟਾਈਮ ਨਾਲ ਜਾਇਆ ਕਰੋ ਤੁਸੀਂ ਕਾਲਜ। ਹੁਣ ਇਹਨਾਂ ਤੀਆਂ ਦਾ ਹੋ ਗਿਆ ਸਿਆਪਾ ਵਿੱਚ। ਤੈਨੂੰ ਬੋਲਣ ਦੀ ਜਮੀ ਅਕਲ ਨਹੀਂ ਹੈਗੀ, ਜਦੋਂ ਤੱਕ ਮੇਰਾ ਪਾਪਾ ਮੇਰਾ ਢਿੱਡ ਨਹੀਂ ਨਾ ਪਾੜਦਾ ਕੋਪ ਜੀ ਨਾਲ, ਤੂੰ ਟਲਦੀ ਨਹੀਂ ਹੈਗੀ, ਹੈ ਨਾ? ਕਿਉਂ ਮੈਂ ਕੀ ਕਿਹਾ? ਮੈਂ ਕੀ ਕਿਹਾ, ਤੂੰ ਆਇਆ ਕਿਉਂ ਕਿਹਾ ਵੀ ਸੁਨੇਹਾ ਕਾਲਜ ਜਾਂਦੇ ਆ, ਇਹ ਬੋਲੀ ਪ੍ਰੀਤ ਭੈਣ ਕੇ ਘਰੇ ਜਾਵਾਂਗੇ ਮਿਲ ਕੇ, ਕੈਨੇਡਾ ਵਾਲੀ ਗੱਲ ਕਰਨ ਦੋਏ ਭੱਗ ਜਾਵਾਂਗੇ ਕੈਨੇਡਾ। ਅੱਛਾ ਅੱਛਾ, ਲੈ ਫਿਰ ਮੈਨੂੰ ਕੀ ਪਤਾ ਸੀ, ਦੱਸ ਤਾਂ ਦਿਆ ਕਰਾਂ। ਮਤਲਬ ਕਿ ਮੋਬਾਈਲ ਹੈ ਵੀ ਤੈਨੂੰ ਮੈਂ ਫੋਨ ਕਰ ਲੂੰਗੀ। ਪਰ ਮੈਨੂੰ ਕੀ ਪਤਾ ਤਿਆਰ ਹੋਈ ਖੜੀ ਸੀ, ਮਾਂ ਪਤਾ ਨਹੀਂ ਇੰਨੀ ਛੇਤੀ ਕਾਹਤੋਂ ਤਿਆਰ ਹੋ ਗਈ। ਤੂੰ ਏ ਲਾਲ ਸੂਟ ਵੀ ਪਾਇਆ ਹੁੰਦੀ ਐ, ਸੁਰਖੀ ਲੈ ਰੱਖੀ ਜੀ, ਮੈਂ ਆਨੰਦ ਕਾਰਜ ਹੋਣ ਅੱਜ ਤੇਰੇ। ਏ ਲਾਲ ਸੂਟ ਤਾਂ ਮੈਂ ਪਾ ਕੇ ਆਇਆ ਕਰੂੰਗੀ, ਆ ਸੁਰਖੀ ਤਾਂ ਮੈਂ ਤਾਂ ਲਾ ਕੇ ਆਈ, ਤਾਰੀ ਨੇ ਕਿਹਾ ਵੀ ਸੋਹਣੀ ਜੀ ਬਣ ਕੇ ਆਇਆ ਕਰ, ਤਾਂ ਸੁਰਖੀ ਲਾਇਆ ਈ। ਇਹ ਤੂੰ ਤਾਂ ਜਿਸੀ ਉਈ ਬਥੇਰੀ ਸੋਹਣੀ ਹੈਗੀ, ਸੁਰਖੀ ਲਾਉਣ ਨੂੰ ਤੈਨੂੰ ਕੀ ਹੋਇਆ, ਨਾਲੇ ਪਿੰਡ ਵਾਲੀਆਂ ਕੁੜੀਆਂ ਥੋੜੀ ਸੁਰਖੀ ਲਾਉਣ ਦੀ ਲੋੜ ਪੈਂਦੀ ਹੁੰਦੀ ਹੈ ਕਿ ਨਾ? ਚੰਗਾ ਏ ਤੂੰ ਫੂਕ ਜੀ ਮਾੜੀ ਜੀ ਘੱਟ ਭਰਿਆ ਕਰ, ਛੇਤੀ ਆ ਜਾਓ, ਮੀਂਹ ਕਿ ਨਾਲ ਲੱਗ ਰਿਹਾ ਗਾ। ਚਲੋ ਪ੍ਰੀਤ ਕੀ ਕਰ ਵੀ ਖੜਨਾ, ਆਪਾਂ ਫਿਰ ਕੈਨੇਡਾ ਵਾਲੀ ਗੱਲ ਵੀ ਕਰਾਂਗੇ। ਆਜਾ ਇਹ ਕੀ ਪਤਾ ਉਹ ਘਰੇ ਹੋਊਗੀ ਕਿ ਨਾ, ਇਹ ਆਜਾ ਕੋਈ ਤਾਂ ਹੋਊਗਾ ਹੀ, ਚੱਲ ਇਸ਼ੂ ਭਾਈ ਤਾਂ ਹੋਊਗਾ, ਉਹ ਖੜੀ ਹੈ। ਭੈਣੇ ਆਜਾ ਆਜਾ, ਲਵਪ੍ਰੀਤ ਕਿਵੇਂ ਆ? ਵਧੀਆ, ਲੈ ਅੱਜ ਤਾਂ ਕੀੜੀ ਦੇ ਘਰ ਨਰੈਣ ਆ ਗਏ ਨੇ। ਕਿਵੇਂ ਪ੍ਰੀਤ? ਨਰੈਣ ਵੀ ਲੁਕ ਛਿਪ ਕੇ ਆਏ ਨੇਗੇ। ਵਧੀਆ ਜੱਸੀ, ਤੂੰ ਕਿਵੇਂ ਆ? ਠੀਕ ਆ। ਨਰੈਣ ਤਾਂ ਘਰੇ ਗੱਪ ਮਾਰ ਕੇ ਆਏ ਨੇ ਵੀ ਕਾਲਜ ਅੱਜ ਪਹਿਲਾਂ ਜਾਵਾਂਗੇ। ਅੱਛਾ, ਮੈਂ ਵੀ ਕਿਹਾ ਅੱਜ ਮੀਜ਼ਾ ਕਿਵੇਂ ਆਉਣ ਲੱਗ ਗਿਆ, ਮੈਨੂੰ ਪਤਾ ਨਹੀਂ ਸੀ ਨਾ ਵੀ ਤੁਸੀਂ ਆਉਂਗੀਆਂ।
ਭੈਣੇ ਉਹ ਨਾ ਮੇਰੇ ਪਾਪਾ ਆਉਣ ਨੀ ਦਿੰਦਾ ਹੈਗਾ। ਹਾਏ ਭੈਣੇ ਤੇਰਾ ਪਜਾਮਾ ਬਾਲਾ ਸੋਹਣਾ ਹਰਾ ਹਰਾ ਹਨਾ, ਨੀ ਪਜਾਮਾ ਨੀ ਹੈਗਾ ਇਹਨੂੰ ਲੋਅਰ ਕਹਿੰਦੇ ਨੇ। ਤੂੰ ਤਾਂ ਪੜ੍ਹੀ ਲਿਖੀ ਆ, ਤੂੰ ਕਾਹਤੋਂ ਅਨਪੜ੍ਹਾਂ ਵਾਂਗੂ ਬੋਲਦੀ ਹੁੰਦੀ ਆ। ਅੱਛਾ ਇਹ ਈਸ਼ੂ ਵੀਰੇ ਦੀ ਲੋਹਰ ਹੈ? ਈਸ਼ੂ ਵੀਰੇ ਦੀ ਨਹੀਂ ਹੈਗੀ, ਇਹ ਮੇਰੀ ਲੋਹਰ ਹੈ, ਕੁੜੀਆਂ ਦੀਆਂ ਵੀ ਲੋਹਰਾਂ ਹੁੰਦੀਆਂ। ਅੱਛਾ ਹਾਂ ਠੀਕ ਹੈ, ਸੋਹਣੇ ਲੱਗਦੇ ਨੇ ਹਨਾ ਇਹ ਕੱਪੜੇ। ਮੈਂ ਤਾਂ ਆਪ ਇਹ ਜਿਹਾ ਲੈ ਕੇ ਆਉਂਗੀ। ਤੈਨੂੰ ਤਾਂ ਹੁਣ ਨਾ ਪਾਉਣ ਦੇ ਦੇਣ ਕਿਤੇ, ਤੂੰ ਤਾਂ ਆਪ ਮੇਰੇ ਵਰਗੀ ਹੈ, ਤੁਹਾਨੂੰ ਕਿੱਥੇ ਪਾਉਣ ਦੇਣਗੇ ਅੜੀ। ਮੈਨੂੰ ਤਾਂ ਆਪ ਬੜਾ ਸ਼ੌਂਕ ਹੈ ਇਹ ਪਾਉਣ ਦਾ, ਮੈਨੂੰ ਤਾਂ ਆਪ ਬੜਾ ਸ਼ੌਂਕ ਹੈ, ਆਪਾਂ ਵੀ ਲੈ ਕੇ ਆਵਾਂਗੇ ਕਦੇ ਤਾਂ। ਚੱਲ ਚੱਲੇ ਕਰੀ, ਜਦੋਂ ਮੇਰੇ ਕੋਲ ਬਾਹਰ ਆਈ ਨਾ ਫਿਰ ਦਵਾਇਆ ਕਰੂੰ ਮੈਂ ਤੈਨੂੰ ਇਹੋ ਜਿਹੀ ਲੋੜ ਹੈ। ਹਾਏ ਭੈਣ ਬਣ ਕੇ ਦੇਖੀ, ਮੇਰਾ ਵੀ ਸੁਪਨਾ ਪੂਰਾ ਕਰਦੇ ਕੈਨੇਡਾ ਜਾਣ ਵਾਲਾ, ਮੇਰਾ ਤਾਂ ਬਾਲਾ ਜੀ ਕਰਦਾ। ਮੈਂ ਰੀਸ ਤਾਂ ਲਾਤੀ, ਹੁਣ ਮੇਰਾ ਤਾਂ ਪੂਰਾ ਕਰੋ ਸੁਪਨਾ। ਸੁਪਨਾ ਤਾਂ ਪੂਰਾ ਕਰਦਾ, ਤੇਰਾ ਬਾਪ ਮੰਨਦਾ? ਉਹ ਤਾਂ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦਾ। ਭੈਣੇ ਪੈ ਨਹੀਂ ਕਰ ਸਕਦੇ ਹੈਗੇ, ਉਹ ਮਤਲਬ ਚੋਰੀਓ ਨਹੀਂ ਬਣਾ ਸਕਦੇ ਪਾਸਪੋਰਟ ਆਪਾਂ। ਚੋਰੀਓ ਪਾਸਪੋਰਟ ਜਦੋਂ ਆਪਾਂ ਬਣਾਉਂਦੇ ਹਾਂ ਨਾ, ਉਹ ਤੋਂ ਬਾਅਦ ਵੈਰੀਫਿਕੇਸ਼ਨ ਵਾਲੇ ਆਉਂਦੇ ਹੁੰਦੇ ਨੇ ਘਰੇ, ਉਹਨਾਂ ਨੂੰ ਤਾਂ ਡੰਡੇ ਮਾਰ ਕੇ ਭਜਾ ਦੂਗਾ ਤੇਰਾ ਬਾਪ। ਉਹ ਕੀ ਹੁੰਦੀ ਹੈ ਵੈਰੀਫਿਕੇਸ਼ਨ, ਨਹੀਂ ਪਤਾ ਤੈਨੂੰ ਕੀ ਹੁੰਦੀ ਆ ਵੈਰੀਫਿਕੇਸ਼ਨ ਦੀ ਪੰਜਾਬੀ ਕੀਤੀ? ਮੈਨੂੰ ਤਾਂ ਆਪ ਨਹੀਂ ਪਤਾ। ਉਹ ਐਂ ਦੇਖਦੇ ਹੁੰਦੇ ਨੇ ਵੀ ਇਹ 'ਤੇ ਕੋਈ ਕੇਸ ਕੂਸ ਤਾਂ ਨਹੀਂ ਚੱਲਦਾ, ਵੀ ਇਹਦਾ ਕਰੈਕਟਰ ਕਿਵੇਂ ਹੈ। ਅੱਛਾ ਉਹ ਘਰੇ ਆਉਂਦੇ ਨੇ? ਹੋਰ ਘਰੇ ਆਉਂਦੇ ਹੁੰਦੇ ਨੇ ਦੋ ਬੰਦੇ। ਜੱਸੀ ਇਸ ਹਿਸਾਬ ਨਾਲ ਤਾਂ ਯਾਰ ਮੇਰਾ ਕੈਨੇਡਾ ਦਾ ਝੂਟਾ ਮੈਨੂੰ ਲੈਣਾ ਮਿਲਣਾ ਨਹੀਂ। ਐਂ ਕਰੀ ਆ ਮਹੀਨੇ ਡੇਢ ਮਹੀਨੇ ਤੱਕ ਅਸੀਂ ਵਗ ਜਾਵਾਂਗੇ, ਸਾਨੂੰ ਸਪੋਂਸਰ ਆ ਗਈ, ਤੇ ਜੇ ਤੁਹਾਡੀ ਸਲਾਹ ਬਣੀ ਨਾ ਤੂੰ ਮੈਨੂੰ ਦੱਸ ਦੀ, ਮੈਂ ਤੇਰੀ ਆਪ ਹੀ ਅਪਲਾਈ ਕਰਵਾ ਦੂੰਗੀ। ਠੀਕ ਹੈ ਹਾਂ, ਆ ਜਾਓ ਨਾਲੇ ਮੀਂਹ ਪਈ ਜਾਂਦਾ ਅੰਦਰ ਆ ਜਾਓ ਨਾ। ਬਸ ਭੈਣੇ ਮੈਂ ਤਾਂ ਤੈਨੂੰ ਆਈ ਕਹਿਣ ਆਈ ਸੀਗੀ ਵੀ ਮੇਰਾ ਕੰਮ ਬਣਾ ਦੇ, ਅਸੀਂ ਕਾਲਜ ਜਾਂਦੇ ਹਾਂ ਹੁਣ, ਅਸੀਂ ਤਾਂ ਬਹਾਨਾ ਲਾ ਕੇ ਆਈ ਸੀਗੀ ਵੀ ਪਹਿਲਾਂ ਨਹੀਂ ਤੁਹਾਡੇ ਤੇ ਹਾਸੀ ਆਉਂਦੀ ਹੈਗੀ, ਵਿਚਾਰੀਆਂ ਨੂੰ ਚੋਰੀਆਂ ਚੋਰੀਆਂ ਘਰੇ ਆਉਣਾ ਪੈਂਦਾ ਲੈ। ਨਾ ਮੇਰੀ ਗੱਲ ਸੁਣ, ਤੇਰਾ ਬਾਪ ਕੀ ਹੈ ਕੀ ਸੋਚ ਆ ਉਹਦੀ ਯਾਰ? ਉਹਦੇ ਮੈਂ ਤੁਹਾਡੇ ਘਰੇ ਗਈ ਤੀ, ਤੂੰ ਤਾਂ ਹੈ ਨਹੀਂ ਸੀਗੀ, ਪਤਾ ਮੈਨੂੰ ਕੀ ਕੁਛ ਬੋਲਿਆ? ਕਹਿੰਦਾ ਉਹ ਸੜੇ ਜਿਹਾ ਲੋਰ ਜੇ ਪਾ ਕੇ ਆ ਜਾਂਦੀ ਹੈ, ਹੋਰ ਤਾਂ ਹੋਰ ਮੇਰੀ ਮਾਂ ਨੂੰ ਵੀ ਬਹੁਤ ਕੁਛ ਬੋਲੇ, ਮੇਰੇ ਤਾਂ ਜੀ ਨਹੀਂ ਕਰਦਾ ਤੁਹਾਡੇ ਘਰੇ ਜਾਣ ਨੂੰ। ਮੇਰੀ ਮਾਂ ਵੀ ਦੱਸਦੀ ਸੀਗੀ। ਚੱਲ ਕੋਈ ਨਾ, ਹਾਏ ਤਾਈ ਦੇ ਕਿੰਨਾ ਸੋਹਣਾ ਲੱਗਦਾ ਹੁੰਦਾ ਨਾ ਸ਼ਰਾਰਾ ਪਾਇਆ ਹੋਇਆ। ਇਹ ਮੇਰੀ ਤਾਈ ਦੇਖੀ ਤੂੰ ਬਹੁਤ ਸੋਹਣੀ ਹੈ, ਕਿੰਨੇ ਸਾਲ ਹੋ ਗਏ ਤਾਈ ਨੂੰ ਕਹਦੇ ਹੁਣ ਉਰੇ ਵੀ ਆ ਜਾ ਗੇੜਾ ਮਾਰ ਜਾ। ਓਹੋ ਹੁਣ ਜਦੋਂ ਅਸੀਂ ਬਾਗੇ ਨਾ ਉਧਰ ਤੇ ਮੰਮੀ ਡੈਡੀ ਇੱਧਰ ਆ ਜਾਣਗੇ, ਉਹ ਮਿਲ ਕੇ ਜਾਣਗੇ ਫਿਰ ਤੁਹਾਨੂੰ ਸਾਰਿਆਂ ਨੂੰ। ਭੈਣੇ ਫਿਰ ਤੂੰ ਤਾਈ ਨੂੰ ਐਂ ਕਹਿ ਦੀ ਜੇ ਸਾਡੇ ਘਰੇ ਆਊਗੀ ਨਾ ਪੰਜਾਬੀ ਸੂਟ ਪਾਇਆ ਵੀ, ਨਹੀਂ ਤਾਂ ਮੇਰਾ ਪਾਪਾ ਬਾਹਰੇ ਟੱਕਰ ਦੂਗਾ। ਲੈ ਤੈਨੂੰ ਮੇਰੀ ਮਾਂ ਘੱਟ ਲੱਗਦੀ ਹੈ? ਤੈਨੂੰ ਲੱਗਦਾ ਵੀ ਉਹ ਜੇ ਤਾਈ ਤੋਂ ਚਾਰ ਸੁਣੂਗੀ ਤਾਂ ਸੁਣਾ ਕੇ ਵੀ ਆਊਗੀ ਪੰਜੋ ਨੂੰ? ਹਾਂ ਉਹ ਤਾਂ ਠੀਕ ਹੈ ਨਾ। ਏ ਤੂੰ ਗੱਲਾਂ 'ਚ ਲੱਗੀ ਰਹੇਗੀ ਹੁਣ, ਆ ਜਾ ਮੀਂਹ ਆਈ ਜਾਂਦਾ ਉੱਤੋਂ, ਅੱਡੇ ਤੇ ਵੀ ਜਾਣਾ ਆਪਾਂ ਨੇ। ਨਾਲੇ ਸਾਡੇ ਵਾਲਾ ਜਸ਼ਨ ਨਹੀਂ ਪਤਾ ਉਰੇ ਸਾਈਕਲ ਦੇ ਗੇੜੇ ਮਾਰਦਾ ਫਿਰਦਾ ਹੋਵੇ, ਦੇਖਣ ਆਇਆ ਹੋਊਗਾ ਵੀ ਕਿੱਥੇ ਗਿਆ। ਇੱਕ ਤਾਂ ਉਹ 'ਚ ਪੇੜੇ ਖਾਊਗਾ ਸਟੇਸ਼ਨ ਤੁਹਾਡਾ, ਥਾਪੜੇ ਪੈਣ ਗਏ ਆਪਣੇ। ਕਿਵੇਂ ਆਏਗਾ ਕੱਲ ਨੂੰ ਫਿਰ ਕਾਲਜ? ਆਉਂਗਾ ਮੈਂ ਤਾਂ। ਸੱਚ ਤੈਂ ਤਾਂ ਆਉਣਾ ਹੀ ਹੈ, ਹਜੇ ਤੇਰਾ ਕੰਮ ਬਣਿਆ ਨਹੀਂ। ਆਹ ਤੇਰੇ ਵਾਲੇ ਦਿਨ ਜੇ ਮੇਰੇ ਤੇ ਬਹੁਤ ਵਾਰੀ ਆਏ ਨੇ, ਮੈਨੂੰ ਵੀ ਐਂ ਹੁੰਦਾ ਸੀ ਵੀ ਜੱਸੀ ਅੱਜ ਹਾਂ ਕਰੂ, ਕੱਲ ਨੂੰ ਹਾਂ ਕਰੂ, ਅੱਜ ਪ੍ਰਪੋਜ਼ ਲਾਊ, ਕੱਲ ਨੂੰ ਲਾਊ। ਅੱਛਾ ਯਾਰ, ਐਂ ਦਿਨ ਟੱਪਦੇ ਜਾਂਦੇ ਤੇ ਆਹ ਦਿਨ ਆ ਗਏ, ਆਪਣੀ ਤਾਂ ਗੱਲ ਬਣੇ ਗਈ ਫਿਰ ਮਿੱਤਰਾ। ਚੱਲ ਵਧੀਆ ਯਾਰ, ਤੂੰ ਤਾਂ ਕਰਮ ਵਾਲਾ ਯਾਰ, ਤੇਰੀ ਗੱਲ ਵੀ ਹੋ ਗਈ ਛੇਤੀ। ਓਏ ਅਸਲ 'ਚ ਪਤਾ ਕੀ ਹੈ, ਜੱਸੀ ਇਹ ਸਿਆਣੀ ਹੈ, ਉਹਨੇ ਟਾਈਮ ਨਾਲ ਹੀ ਪਰਖ ਲਿਆ ਮੈਨੂੰ, ਟਾਈਮ ਨਾਲ ਹੀ ਸਮਝ ਗਈ ਅਤੇ ਟਾਈਮ ਨਾਲ ਹੀ ਹਾਂ ਕਰਤੀ। ਆਹ ਦੇਖ ਲੈ, ਹੁਣ ਲੈ ਜਾਂਦੀ ਹੈ ਕਾਪੀ ਜੀ ਫੜ ਕੇ, ਸਾਰਾ ਦਿਨ ਮੇਰਾ ਨਾਂ ਹੀ ਲਿਖੀ ਜਾਂਦੀ ਇਹਦੇ 'ਤੇ। ਚੱਲ ਵਧੀਆ, ਐਂ ਕਿਹੜਾ ਲੱਪੀ ਕਿਹੜਾ ਪਾਗਲ ਹੈ। ਓਏ ਬਾਬੇ ਆ ਗਈ ਮੇਰੇ ਵਾਲੀ ਤਾਂ, ਮੇਰੇ ਵਾਲੀ ਵੀ ਨਾਲੇ ਆ ਨਾ। ਇੱਕ ਗੱਲ ਤਾਂ ਹੈਗੀ ਆ ਰਾਮ ਨੂੰ,
ਕਾਲੇ ਸੂਟ 'ਚ ਦੇਖ ਜੱਸੀ ਕਿੰਨੀ ਸੋਹਣੀ ਲੱਗਦੀ ਹੈ, ਉਹ ਦੇਖ ਗੁਲਾਬੀ ਸੂਟ 'ਚ ਗੁਲਾਬੋ ਕਿੰਨੀ ਸੋਹਣੀ ਲੱਗਦੀ ਹੈ। ਪਤੰਦਰਾ ਗੁਲਾਬੋ ਲੱਗਦੀ ਤਾਂ ਸੋਹਣੀ ਆ, ਪਰ ਤੂੰ ਉਦੋਂ ਕਹੀਂ ਜਦੋਂ ਤੇਰੀ ਹੋ ਗਈ। ਕਰ ਲੂ ਕੋਈ ਨਾ ਗੱਲ, ਉੱਪਰ ਯਾਰ ਇਹਦੀ ਧੌਣ 'ਚ ਕਿੱਲਾ ਕੁ ਪਤਾ ਨਹੀਂ ਕੀ ਆ ਯਾਰ, ਗੱਲ ਕਾਹਤੋਂ ਨਹੀਂ ਕਰਦੀ। ਇਹ ਵੀ ਤੈਨੂੰ ਦੱਸ ਦਿੰਦਾ, ਅਸਲ 'ਚ ਸਾਡੇ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਜੱਸੀ ਮੈਨੂੰ ਦੱਸਦੀ ਤੀ, ਕਹਿੰਦੀ ਇਹਦਾ ਜਿਹੜਾ ਘਰਦੇ ਨੇ ਨਾ ਉਹ ਬਾਹਲੀਆਂ ਪਾਬੰਦੀਆਂ ਜਿਹੀਆਂ ਰੱਖਦੇ ਨੇ, ਇਹਦਾ ਪਿਓ ਤਾਂ ਇੰਨਾ ਅੜਬਾ, ਇਹਨੂੰ ਸਿਰ ਤੋਂ ਚੁੰਨੀ ਨਹੀਂ ਲਾਉਣ ਦਿੰਦਾ। ਇੱਕ ਉਹ ਪਹਿਰੇਦਾਰ ਦੇਖਿਆ ਜਿਹੜਾ ਮੰਗਰਾਉਂਦਾ ਹੁੰਦਾ ਸਾਈਕਲ 'ਤੇ, ਪਰ ਆਏ ਆ ਅੱਜ ਉਹ ਆਇਆ ਨਹੀਂ। ਹੈ ਨਾ ਕਹੀ ਦੁਨੀਆਂ ਦੇ ਲੋਕ ਨੇ ਯਾਰ, ਸਿਰ 'ਤੇ ਚੁੰਨੀ ਨਾਲ ਕੀ ਹੋਜੂਗਾ। ਉਹ ਚਾਹੇ ਕੁਛ ਵੀ ਹੈ, ਗੱਲ ਤਾਂ ਇਹ ਹੈ ਨਾ, ਪਰ ਤੂੰ ਨਾ ਹਟੀ, ਜਿਵੇਂ ਮਰਜ਼ੀ ਹੈ ਲੱਗਿਆ ਰਹੀ। ਜੇ ਉਹ ਹਾਂ ਕਰਨੀ ਹੀ ਵੀ ਕਰਦੀ ਦੁਬਾਰਾ ਫੇਰ ਪ੍ਰਪੋਜ਼, ਜੇ ਹਾਂ ਨਹੀਂ ਕਰਦੀ ਦੁਬਾਰਾ ਫੇਰ ਪ੍ਰਪੋਜ਼, ਅੱਜ ਨਹੀਂ ਤਾਂ ਕੱਲ ਨੂੰ ਗੱਲ ਬਣੇ ਜਾਊ। ਤੂੰ ਵੀ ਕਹਿ ਦੇ ਯਾਰ ਜੱਸੀ ਨੂੰ ਕਰਾ ਦੂਗੀ ਯਾਰ। ਮੇਰੇ ਕਹੇ ਨਾਲ ਕੁਛ ਨਹੀਂ ਬਣਦਾ, ਅੱਜ ਕੱਲ੍ਹ ਦੀਆਂ ਕੁੜੀਆਂ ਪਤਾ ਕਹੇ ਜੀਆਂ ਨੇ, ਜੇ ਉਹਨਾਂ ਨੂੰ ਆਪ ਜਾ ਕੇ ਸਾਹਮਣੇ ਪ੍ਰਪੋਜ਼ ਲਾਏਗਾ ਨਾ ਤਾਂ ਮੈਨੂੰ ਨਹੀਂ, ਅਗਲੀ ਕਹਿ ਦਿੰਦੀ ਆ ਵੀ ਜਿਹ 'ਚ ਇੰਨੀ ਕੁ ਹਿੰਮਤ ਨਹੀਂ ਵੀ ਜਿਹੜਾ ਆਪ ਆ ਕੇ ਪ੍ਰਪੋਜ਼ ਲਾ ਸਕੇ ਉਹ ਅੱਗੇ ਕੀ ਨਿਭਾਊ ਮੇਰੇ ਨਾਲ। ਸੋਚਿਆ ਕਰ, ਨਾਲੇ ਬਾਹਲਾ ਟਾਈਮ ਨਹੀਂ ਸੀ ਪੈਣ ਦਿੰਦੇ, ਬਸ ਹੁਣ ਅਸੀਂ ਇੱਕ ਅੱਧੇ ਟਾਈਮ ਦਿਨ ਤੱਕ ਨਾ ਘਰੇ ਗੱਲ ਕਰ ਲਾਂਗੇ, ਵਿਆਹ ਹੀ ਕਰਾਵਾਂਗੇ। ਉਹ ਵਿਆਹ ਤਾਂ ਮੈਂ ਵੀ ਕਰਾਊਂਗਾ, ਮੈਂ ਕਿਹੜਾ ਹੀ ਛੱਡੂ ਉਹਨੂੰ। ਵਿਆਹ ਤਾਂ ਫੇਰ ਹੀ ਕਰਾਏਗਾ, ਪਹਿਲਾਂ ਗੱਲ ਤੱਕ ਤਾਂ ਪਹੁੰਚ ਜਾ। ਤੂੰ ਵੀ ਵਾਲਾ ਭੂੰਡ ਆਸ ਕੇ ਨਾ ਬਣ, ਠੀਕ ਹੈ, ਜਾਣਦਾ ਤੈਨੂੰ ਵਿਆਹਲੇ ਨੂੰ, ਕਿਤੇ ਹੋਰ ਨਾ ਛੱਤਰ ਖਾ ਲਈ ਕਦੇ। ਆ ਦੇਖ ਫਿਰ ਤੇਰੇ ਵਰਗਾ ਆਏ ਕਹਿਣ ਲੱਗ ਗਏ ਨਾ ਵੀ ਭਾਈ ਅੰਗੂਰ ਖੱਟੇ ਨੇ, ਕਦਰੇ ਨਹੀਂ ਛੱਤਰ ਖਾਂਦਾ ਕੋਈ ਨਾ, ਬਣੂਗਾ ਤੇਰਾ ਸਾਰਾ, ਕਰੂੰਗਾ ਗੱਲ ਕੋਈ ਮੈਂ। ਹੋਰ ਯਾਰ ਬਾਈ ਬਣ ਕੇ ਕਰਾ ਦੇ, ਮੇਰਾ ਤਾਂ ਜਮੀ ਜੀਣ ਲੱਗਦਾ। ਬੈਠਾ ਆ ਗਈਆਂ ਲਵਪ੍ਰੀਤ, ਤਾਰੀ ਦੇਖੀ ਮੇਰਾ ਕਿੰਨਾ ਕਰਦਾ, ਜੋ ਤੱਕ ਆਪਾਂ ਨਹੀਂ ਨਾ ਹੁੰਦੇ ਉਹ ਤੱਕ ਬੱਸ ਨਹੀਂ ਚੜ੍ਹਦਾ ਉਹ। ਤਾਰੀ ਤਾਂ ਚੱਲ ਠੀਕ ਹੈ, ਆ ਜਿਹੜਾ ਨਾਲ ਵਾਲਾ ਸਰਵੱਲ ਹੈ ਇਹ ਹਰ ਵਾਰੀ ਇਹਦੇ ਨਾਲ ਹੀ ਬੈਠਾ ਰਹਿੰਦਾ। ਉਹ ਫਿਰ ਕਿਉਂ ਬਹਿੰਦਾ, ਤੇਰੇ ਕਰਕੇ ਬਹਿੰਦਾ, ਹੋਰ ਕਿਹਦੇ ਕਰਕੇ ਬਹਿੰਦਾ। ਗੱਲ ਨਹੀਂ ਬਾਤ ਨਹੀਂ ਜੱਸੀ, ਇਹ ਮੈਂ ਤਾਂ ਛਿੱਤਰ ਖਾਊਗਾ ਉਹ, ਪਰ ਕਹਿਆ ਤਾਂ ਵਿਚਾਰੇ ਨੇ ਕਦੇ ਮੈਨੂੰ ਕੁਛ ਵੀ ਹੈ ਨਹੀਂ, ਝੱਕ ਨਾਲ ਕੀ ਹੁੰਦਾ ਹੈ। ਲੈ ਇਹ ਹਿੰਮਤ ਕਰਕੇ ਕਹਿ ਵੀ ਦਊਗਾ ਤੈਨੂੰ, ਪਰ ਤੈਨੂੰ ਹਾਂ ਕਰਦੀ ਪਲੀਜ਼, ਚੰਗਾ ਬਾਲਾ ਕਰਦਾ ਤੇਰਾ ਯਾਰ। ਹੈਂ ਕਰਦੀ, ਮੈਂ ਤੇਰੇ ਵਰਗੀ ਹਾਂ, ਉਹ ਤਾਂ ਤੂੰ ਹੀ ਸੀ ਜਿਹੜੀ ਤਾਰੀ ਨੂੰ ਮਿੰਟਾਂ 'ਚ ਹਾਂ ਕਰਤੀ, ਨਾਲੇ ਮੈਂ ਵੀ ਵੇਖਦੀ ਹਾਂ ਤੇਰੇ ਨਾਲ ਕਦੋਂ ਲਾਵਾਂ ਲਊਗਾ ਉਹ। ਅੱਛਾ ਐਡੀ ਵੀ ਗੱਲ ਨਹੀਂ ਹੈਗੀ, ਤਾਰੀ ਨੇ ਆਪਦੇ ਘਰੇ ਗੱਲ ਕਰ ਲਈ ਅਤੇ ਮੈਂ ਵੀ ਹੁਣ ਕਰੂੰਗੀ। ਅੱਛਾ ਤੂੰ ਨਾ ਬੋਲੀਏ ਕਿਤੇ ਵਿਆਹ ਨਾ ਕਰਵਾ ਕੇ ਬਹਿ ਜੀ, ਐਡਾ ਵੱਡਾ ਟੋਕਰਾ ਗੋਹੇ ਦੇ ਭਰ ਕਿਧਰੇ ਸਿਰ 'ਤੇ ਹੋਇਆ ਕਰੂਗਾ, ਸਾਰੇ ਸੁਪਨੇ ਵਿੱਚ ਹੀ ਮਰ ਜਾਣਗੇ ਪੜ੍ਹਾਈ ਪੜੂਈ ਵਾਲੇ ਤਾਂ। ਕਿਧਰੇ ਨਹੀਂ ਗੋਹੇ ਟੋਕਰੇ 'ਚ ਕਾਉਂਦੇ ਹੈਗੇ ਮੈਨੂੰ, ਮੈਂ ਕਹਿ ਤਾਂ ਮੈਨੂੰ ਸ਼ਿਮਲੇ ਲੈ ਕੇ ਜਾਊਗਾ ਵਿਆਹ ਤੋਂ ਬਾਅਦ, ਅਤੇ ਜਿੰਨਾ ਜਿੰਨਾ ਵੀ ਪਵਾਇਆ ਕਰੂਗਾ ਮੈਨੂੰ। ਪਹਿਲਾਂ ਤਾਂ ਮੁੰਡੇ ਨਾ ਪੰਪ ਜੇ ਮਾਰਦੇ ਹੁੰਦੇ ਨੇ ਵੀ ਕੁੜੀ ਹਾਂ ਕਰ ਦੂਗੀ, ਵਿਆਹ ਵੀ ਕੋਈ ਨਹੀਂ ਕਰਾਉਂਦਾ ਹੈਗਾ, ਪਹਿਲਾਂ ਨੇ ਹੀਰਾਂ ਜਾ ਗਏ ਹੁਣ ਵੱਡੀ ਹੀਰੋਇਨ, ਨਾਲੇ ਪੜ੍ਹਾਈ ਵੱਲ ਧਿਆਨ ਦੇ ਲੈ। ਇਹ ਤਾਰੀ ਨਹੀਂ ਐਵੇਂ ਦਾ ਹੈਗਾ, ਉਹ ਤਾਂ ਕਿੰਨਾ ਸਿਆਣਾ ਮੁੰਡਾ ਗਾ। ਹਾਂ ਤਾਰੀ ਤਾਂ ਕਿਸੇ ਦੂਜੀ ਦੁਨੀਆ ਤੋਂ ਉਤਰ ਕੇ ਆਇਆ ਨਾ, ਤਾਂ ਨਹੀਂ ਇਹੋ ਜਿਹਾ ਹੈਗਾ, ਸਾਰੇ ਮੁੰਡੇ ਇਹੋ ਜਿਹੇ ਹੁੰਦੇ ਨੇ, ਦੇਖਿਆ ਕਿਵੇਂ ਝਾਕਦੇ ਹੁੰਦੇ ਨੇ ਜਿਵੇਂ ਖਾ ਜਾਣਗੇ। ਸਾਰੇ ਮੁੰਡੇ ਇੱਕੋ ਜਿਹੇ ਹੁੰਦੇ ਹੈਗੇ, ਤਾਰੀ ਉਹਨਾਂ 'ਚੋਂ ਨਹੀਂ ਹੈਗਾ, ਮੈਨੂੰ ਪਤਾ ਤਾਰੀ ਦਾ। ਕੋਈ ਨਾ ਤੈਨੂੰ ਫਿਰ ਮੈਂ ਵੀ ਦੇਖੂੰਗੀ ਨੰਦਾ ਵੇਲੇ ਤੇਰੇ 'ਤੇ ਕਿਹੜੇ ਰੰਗ ਦੀ ਫੁਲਕਾਰੀ ਹੋਊਗੀ, ਬਾਹਲਾ ਹੀ ਵਿਸ਼ਵਾਸ ਨਹੀਂ ਹੈਗਾ ਤੈਨੂੰ ਉਹਦੇ 'ਤੇ। ਲਾਲ ਰੰਗ ਦੀ ਫੁਲਕਾਰੀ ਹੋਊਗੀ, ਹੋਰ ਕਿਹੜੀ ਹੋਊਗੀ। ਚੰਗਾ ਬਾਬਾ ਗੁਰੂ, ਨਾਲੇ ਕਾਲਜ 'ਚੋਂ ਕਿੱਦੋਂ ਦੀ ਛੁੱਟੀ ਹੋਈ ਹੈ ਦੇਖ ਲੈ, ਉਹਨਾਂ ਨੇ ਆਪਣੇ ਕਰਕੇ ਦੋ ਬੱਸਾਂ ਲੰਘਾਤੀਆਂ, ਨਾਲੇ ਅੱਜ ਦੇ ਝੁਰੂ ਜੇ ਕੁਛ ਵੀ ਮੈਨੂੰ ਕਹਿਣ ਦੀ ਕੋਸ਼ਿਸ਼ ਕੀਤੀ ਨਾ ਮੈਂ ਮੂੰਹ 'ਤੇ ਥਾਪੜਾ ਮਾਰੂੰਗੀ, ਅਤੇ ਨਾਲੇ ਜੇ ਤੂੰ ਉਹਨਾਂ ਦਾ ਪੱਖ ਪੂਰੇ ਨਾ ਤੇਰੇ ਭਾਪੇ ਨੂੰ ਜਾ ਕੇ ਵੀ ਉਂਗਲ ਲਾ ਦੂੰ ਮੈਂ। ਮੇਰੇ ਪਾਪਾ ਤਾਂ ਕੁਛ ਨਹੀਂ ਕਹਿੰਦਾ ਹੈਗਾ, ਤੇਰੇ ਪਾਪੇ ਤਾਂ ਤੇਰੇ ਕੁੱਟ ਪਊਗੀ। ਤੇਰੇ ਪਾਪਾ ਤਾਂ ਜੌਨ ਸੇਨਾ ਮਾਰਿਆ ਦੀ। ਆ ਜਾ ਤੂੰ, ਹਾਂ ਕਰਦੀ ਚੰਗਾ ਉਹਨੂੰ, ਇਹ ਚੱਲ ਕੰਮ ਕਰ ਮੇਰੇ ਕਰ, ਪੜ੍ਹ ਕੇ ਪਤਾ ਕੀ ਬਣਨਾ ਮੈਂ। ਤੂੰ ਤਾਂ ਹੈ ਪੈ ਗਈ ਆਸ਼ਕੀਆਂ 'ਚ, ਮੈਂ ਆਸ਼ਕਾਂ 'ਚ ਨਹੀਂ ਪਈ ਹੈਗੀ, ਵਿਆਹ ਕਰਵਾਉਂਦੀ ਉਹਦੇ ਨਾਲ।
ਕਿਵੇਂ ਜੱਸੀ? ਮੈਂ ਨਹੀਂ ਬੋਲਦੀ ਹੈਗੀ ਵੀ, ਕਾਲਜ ਤਾਂ ਮੈਨੂੰ ਬੁਲਾਇਆ ਨਹੀਂ ਹੈਗਾ ਸਾਰਾ ਦਿਨ ਅੱਜ। ਲੈ ਯਾਰ, ਬੁਲਾਉਂਦਾ ਕਿਵੇਂ? ਤੈਨੂੰ ਪਤਾ ਤਾਂ ਹੈਗਾ ਗੇਮਾਂ ਚੱਲਦੀਆਂ ਨੇ, ਅਸੀਂ ਦੋਨੇ ਉੱਧਰ ਫਿਰੀ ਗਏ। ਨਾਲੇ ਮੋਬਾਈਲ ਦੇ ਲਾਰੇ ਜੀ ਲਾਈ ਜਾਂਦਾ, ਦਬਾਉਂਦਾ ਹੈ ਨਹੀਂ। ਅਸਲਾ ਮੋਬਾਈਲ ਵਾਲਾ ਵੀ ਉਹੀ ਕਿਹਾ ਗਾ ਯਾਰ ਮੇਰੇ ਤੋਂ। ਜੱਸੀ ਗੁੱਸੇ ਕਾਹਤੋਂ ਹੁੰਦੀ ਆ? ਕੋਈ ਨਾ, ਮੋਬਾਈਲ ਵੀ ਦਵਾ ਦੂੰ ਤੈਨੂੰ ਮੈਂ। ਤੈਨੂੰ ਪਤਾ ਤਾਂ ਹੈਗਾ ਮੇਰੇ ਵਾਲਾ ਬਾਪੂ ਕਿੰਨਾ ਡੱਬਾ, ਉਹ ਪੈਸੇ ਨਹੀਂ ਦਿੰਦਾ। ਜਾਂ ਤਾਂ ਵਜ਼ੀਫਾ ਆ ਜਾਣ ਦੇ ਦੇਖ, ਨਹੀਂ ਫਿਰ ਸਾਡੀ ਮੈਂ ਇਸ ਨਾਲ ਦੁੱਧੋਂ ਹਟਣ ਵਾਲੀ ਆ। ਉਹਦਾ ਕੱਟਾ ਇੱਕ 5-7 ਹਜ਼ਾਰ ਦਾ ਵਿਖ ਜੋ, ਉਹਦੇ 'ਚ ਮੋਬਾਈਲ ਦਵਾ ਦੂੰ ਤੈਨੂੰ ਮੈਂ। ਪੱਕੀ ਗੱਲ ਆ, ਸੌਣ ਲੱਗੇ। ਬਸ ਬੇ, ਮੋਬਾਈਲ ਤਾਂ ਤੂੰ ਮੈਨੂੰ ਦਵਾ ਨਹੀਂ ਸਕਦਾ ਹੈਗਾ। ਮੈਨੂੰ ਲੱਗਦਾ ਤੂੰ ਵਿਆਹ ਵੂਹ ਕਰਵਾਵੇਂਗਾ ਮੇਰੇ ਨਾਲ। ਲੈ, ਕਿਉਂ ਨਹੀਂ ਕਰਾਉਂਦਾ ਵਿਆਹ? ਕਰਾਊਂਗਾ, ਨਾਲੇ ਮੈਂ ਤਾਂ ਆਪਦੇ ਘਰੇ ਗੱਲ ਕਰ ਵੀ ਲਈ, ਤੂੰ ਆਪਦੇ ਘਰੇ ਗੱਲ ਕਰ ਲਾ। ਓਏ ਓਏ ਘੁੱਗੂ ਆ, ਪੂਰੇ ਪਾਸੇ ਝਾਕੀ ਜਾਂਦਾ, ਬੁਲਾ ਲਿਆ ਸਤਿ ਸ਼੍ਰੀ ਅਕਾਲ ਬੁਲਾ ਦੇ ਉਹਨੂੰ। ਸਤਿ ਸ਼੍ਰੀ ਅਕਾਲ ਜੀ। ਇਹ ਕੁੜੀਏ, ਸਤਿ ਸ਼੍ਰੀ ਅਕਾਲ ਬੁਲਾਈਏ ਤੈਨੂੰ? ਤੈਨੂੰ ਜ਼ਿਆਦਾ ਨਹੀਂ ਸੁਣਦਾ? ਮੈਨੂੰ ਤਾਂ ਕੋਈ ਨਹੀਂ ਸੁਣੀ। ਅੱਛਾ, ਤੈਨੂੰ ਸੁਣੀ ਨਹੀਂ ਹੈਗੀ। ਓਏ ਤੇਰੀ ਤਾਂ ਸਤਿ ਸ਼੍ਰੀ ਅਕਾਲ ਵੀ ਨਹੀਂ ਸੁਣੀ ਇਹਨਾਂ ਨੂੰ। ਮੇਰੀ ਗੱਲ ਸੁਣੋ, ਉੱਚੀ ਜੇ ਬੋਲ, ਜਿਵੇਂ ਨੈਣਾ ਦੇਵੀ ਜਕਾਰਾ ਛੱਡਦਾ ਹੁੰਦਾ। ਸਤਿ ਸ਼੍ਰੀ ਅਕਾਲ ਜੀ। ਆਹ ਬਣੀਆ ਗੱਲ ਆ। ਇਹ ਹੁਣ ਤਾਂ ਬੋਲ ਪਾ। ਕਿਉਂ ਬੋਲਾਂ ਮੈਂ? ਤੂੰ ਬੋਲ ਪੈ। ਨਾਲੇ ਇਹਨੂੰ ਗੱਲ ਕਹਿ ਦੇ, ਨਾਲ ਥਾਪੜਾ ਜਿਹਾ ਮਾਰਦੀ ਨਾ, ਤਿੰਨ ਦਿਨ ਲਾਲੀ ਨਹੀਂ ਜਾਂਦੀ ਮੂੰਹ ਤੋਂ। ਉਹੀ ਕਿਉਂ ਸਤਿ ਸ਼੍ਰੀ ਅਕਾਲ ਬੁਲਾਈ ਜਾਂਦਾ? ਮੈਂ ਤੇਰੇ ਨਾਲ ਤਾਂ ਹੈਗਾ ਤੜਕੇ ਦਾ। ਆ ਜਾ, ਮੂੰਹ ਦੇਖਿਆ ਕਦੇ ਆਪਣਾ ਨੇ? ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਬਾਈ? ਤੂੰ ਚੁੱਪ ਕਰ ਜਾ ਨਾਲੇ, ਤੇਰੀ ਵੀ ਸ਼ਿਕਾਇਤ ਨਾ ਮੈਂ ਲਾਉਂਗੀ ਜੱਸੀ ਕੇ ਘਰੇ। ਤੂੰ ਲਈ ਮੋਬਾਈਲ ਨਾਲੇ ਇਹਦੇ ਤੋਂ, ਤੇਰੇ ਮੈਂ ਲਾਉਂ ਥਾਪੜੇ। ਮੇਰਾ ਵੀ ਝੁੱਗਾ ਪੜਵਾਏਗਾ, ਚੁੱਪ ਕਰਕੇ ਬਹਿ ਯਾਰ। ਜੱਸੀ ਭੈਣ ਬਣ ਕੇ, ਉਹ ਸੱਚ ਜੱਸੀ ਉਹਨੂੰ ਕਹਿ ਦੇ ਵੀ ਭੈਣ ਬਣ ਕੇ ਘਰੇ ਨਾ ਦੱਸੀ, ਐਵੇਂ ਦੇਖ ਫੜੇ ਜਾਵਾਂਗੇ ਆਪਾਂ। ਇਹ ਤੂੰ ਹੀ ਮਰੀ ਜਾਂਦੀ ਹੈਗੀ। ਕੌਣ ਮਰੀ ਜਾਂਦੀ ਹੈ ਨੀ ਉਹੀ? ਇਹ ਤੂੰ, ਮੈਂ ਤੇਰੇ ਵੀ ਮਾਰੂੰਗੀ ਥਾਪੜਾ ਘੁਮਾ ਕੇ, ਜ਼ਿਆਦਾ ਚੰਬਲ ਰਹੀ ਆ। ਬਈ ਨੇ ਕੀ ਕਹਿਤਾ ਤੈਨੂੰ? ਚੁੱਪ ਕਰ ਜਾ, ਸੜਿਆ ਜਾ। ਚੱਲ ਬਸ ਆ ਗਈ। ਇਹ ਕੀ ਹੋ ਰਿਹਾ ਤੇਰੇ? ਇਹ ਬਸ ਆ ਗਈ, ਤੈਨੂੰ ਦਿਖਦੇ ਨਹੀਂ? ਚੱਲ ਜੱਸੀ। ਕੀ ਆ ਓਏ, ਝਾਕੜੇ ਬਹੁਤ ਆ ਯਾਰ। ਉਹੀ ਤਾਂ ਗੱਲ ਕਰਦਾ, ਤੂੰ ਕੋਈ ਹੋਰ ਦੇਖ ਲੈ ਯਾਰ, ਕਿਸੇ ਹੋਰ ਨਾਲ ਗੱਲ ਕਰਾ ਤੂੰ ਬਾਈ ਬਣ ਕੇ। ਮੈਂ ਤਾਂ ਜੱਸੀ ਨੂੰ ਵੀ ਕਹਿਣਾ ਵੀ ਇਹਦੇ ਨਾਲ ਨਾ ਰਿਹਾ ਕਰ, ਇੰਨੀ ਆਕੜ ਸੜਿਆ ਜੀ ਕਹਿੰਦੀ ਲੈ। ਆਕੜ ਤਾਂ ਸੈੱਟ ਕਰ ਲੂੰਗਾ, ਇਸੇ ਨਾਲ ਗੱਲ ਕਰੇਗਾ। ਤੇਰੀ ਮਰਜ਼ੀ ਆ ਬਈ, ਲਾ ਲੈ ਨੰਗੀ ਤਾਰ ਆ, ਕਰੰਟ ਨੂੰ ਲਾਏਗਾ ਹੱਥ। ਮੈਂ ਸਿੱਧੀ ਗੱਲ ਦੱਸਦਾ, ਚੱਲੀ ਫਿਰ ਆਪਾਂ ਵੀ। ਹਟ ਜਾ ਹੁਣ, ਪਿਛਲੀ ਬੱਸ ਤੇ ਵਗ ਜੀ, ਐਂ ਤਾਂ ਕੱਢ ਕੇ ਉਹ ਚੱਪਲ ਮਾਰੇ। ਐਂ ਕਿ ਮਾਰੂਗੀ ਯਾਰ, ਚੱਲ ਜਾ ਰਾਜਾ ਯਾਰ, ਇਸੇ ਬੱਸ ਤੇ ਚੱਲਦੇ ਆ। ਉਹ ਲਿਆ ਘੁੱਟ ਚਾਹ, ਹੁਣ ਘੰਟਾ ਲਾਤਾ। ਲਈ ਤਾਂ ਆਉਣੀ ਹੈਗੀ ਹੁਣ, ਤੁਸੀਂ ਵੀ ਨਾ ਅੱਗ ਮਚਾਉਣ ਲੱਗ ਗਿਆ ਨੇ। ਅੱਗ ਮਚਾਉਣ ਵਾਲੀ ਕੀ ਗੱਲ ਆ, ਕਿ 2:30 ਵਜੇ ਪੀ ਲੈਣੇ 3 ਵਜੇ। ਸੱਚ ਕੁੜੀ ਜੀ ਵੀ ਨਹੀਂ ਆਈ, ਆ 3 ਵਾਲੀ ਬੱਸ ਵੀ ਲੰਘ ਗਈ। ਆ ਜਾਂਦੀ ਹੈਗੀ, ਆ ਮੀਂਹ ਜਿਹਾ ਵਾਲਾ ਪਈ ਜਾਂਦਾ ਗਾ, ਲੇਟ ਫੇਟ ਹੋ ਜਾਂਦੀਆਂ ਗੀਆਂ। ਆਉਣਾ ਤਾਂ ਬੱਸ ਤੇ ਸੀਗਾ, ਕਹਾਂ ਦੱਸ ਮੀਂਹ ਨੂੰ ਭੇਜਣ ਦੀ ਕੀ ਗੱਲ ਸੀ ਇਹ, ਇੱਥੇ ਉਤਰਨਾ ਕਾਲਜ ਤੋਂ ਤਾਂ ਬੱਸ ਅੱਡੇ ਤੱਕ ਪਹੁੰਚਣੀ ਆ ਕਿਸੇ ਹਾਲ 'ਚ, ਸਾਰੇ ਕਿਤੇ ਜਮੀ ਆ ਇੰਨਾ। ਚੱਲ ਮੰਨ ਲੈਂਦੇ ਹਾਂ, ਆ ਜਾਣਗੀਆਂ। ਅਤੇ ਨਾਲੇ ਅੱਜ ਭੈਣ ਆ ਰਹੀ ਹੈ, ਗੁੱਡੀ। ਗੁੱਡੀ ਆ ਰਹੀ ਹੈ? ਹਾਂ। ਉਹਨੇ ਕੀ ਲੈਣਾ? ਉਹਨੇ ਕੀ ਲੈਣਾ? ਉਹਦਾ ਘਰ ਆ, ਆ ਨਹੀਂ ਸਕਦੀ ਉਹ। ਘਰ ਤਾਂ ਹੈਗਾ, ਮੈਂ ਮੰਨਦੀ ਹੈਗੀ, ਪਰ ਐਂ ਅਚਾਨਕ ਹੀ ਕੋਈ ਦੱਸਿਆ ਨਹੀਂ, ਕਰਿਆ ਨੀਗਾ ਫੋਨ, ਨਹੀਂ ਸੀ ਕਰਿਆ ਉਹ ਰਿਸ਼ਤੇ ਵਾਸਤੇ, ਤਾਂ ਆ ਰਹੀ ਆ ਉਹ। ਨਾ ਤੂੰ ਹਾਂ ਕਰਤੀ ਰਿਸ਼ਤੇ ਵਾਸਤੇ? ਹਾਂ ਹੀ ਆਂਗੀ, ਹਾਂ ਉਹਨੂੰ ਕੀ ਦੱਸੋ, ਆਪਾਂ ਪੰਡ ਤੋਂ 2 ਦਿਨ ਕਢਾਉਣਾ ਵੀ, ਹਾਂ ਫਿਰ ਕਰਾਂਗੇ। ਤੂੰ ਕਿਉਂ ਕਮਲਾ ਹੋਇਆ, ਕੁੜੀ ਨੂੰ ਪੜ ਲੈਣ ਦੇ, ਤੂੰ ਪੜ ਕੇ ਜਾ ਦੇ, ਤੂੰ ਕੋਈ ਜ਼ਿੰਦਗੀ ਬਣਾ ਲੂਗੀ। ਉਹ ਪੜ ਲੂਗੀ, ਉਹ ਕਿਹੜਾ ਅੱਜ ਨਾਲ ਹੀ ਲੈ ਜੂਗੀ, ਉਹ ਤਾਂ ਹਜੇ ਗੱਲਬਾਤ ਕਰਨ ਆਉਂਦੀ ਆ, ਫਿਰ ਆਪਾਂ ਦੇਖ ਕੇ ਆਵਾਂਗੇ। ਜਦੋਂ ਗੱਲਬਾਤ ਸ਼ੁਰੂ ਕਰ ਲਈ, ਫਿਰ ਤਾਂ ਸਾਰੀ ਗੱਲ ਹੋ ਹੀ ਜਾਣੀ ਹੈਗੀ। ਚੱਲ ਐਵੇਂ ਨਾ ਦਿਮਾਗ ਖਾਇਆ ਕਰ, ਫਿਰ ਕਿੱਡੀ ਕੀ ਗੱਲ ਹੈਗੀ,
ਦੱਸ ਇੱਥੇ ਹੁਣ ਪੜ੍ਹਾ ਕੇ ਕਿਹੜਾ ਤੂੰ ਅਫਸਰ ਲਾਉਣਾ ਗਾ, ਗੋਹਾ ਕੂੜਾ ਹੀ ਕਰਨਾ ਗਾ, ਅਨਪੜ੍ਹ ਵੀ ਕਰ ਲੂਗੀ, ਬੀ ਏ ਪਾਸ ਵੀ ਕਰ ਲੂਗੀ, ਇਹ 'ਚ ਕੀ ਹੈ? ਸਾਰੀ ਉਮਰ ਅਸੀਂ ਗੋਹਾ ਕੂੜਾ ਕੀਤਾ ਤੇ ਉਹ ਵੀ ਇਹੀ ਕਰੇ? ਉਹ ਐਂ ਹੁੰਦਾ ਗਾ ਕੁੜੀਆਂ ਦਾ ਤਾਂ, ਇਹਨੂੰ ਪੜ੍ਹਾ ਲਾਂਗੇ ਕੰਜਰ ਨੂੰ ਜੇ ਪੜ੍ਹਿਆ। ਗੱਲ ਸੁਣ ਲਾ ਮੇਰੀ, ਇਸ਼ੂ ਵਰਗੇ ਕਈ ਆਉਂਦੇ, ਉਹਨਾਂ ਦੀ ਮੰਨ ਲਾ ਗੱਲ ਪ੍ਰੀਤ ਹੋਰਾਂ ਦੀ ਤੋਂ। ਉਹ ਮੈਂ ਕਿਸੇ ਕੰਜਰ ਦੀ ਨਹੀਂ ਮੰਨਦਾ, ਮੈਂ ਤੈਨੂੰ ਇੱਕ ਗੱਲ ਕਹਿਤੀ, ਕੁੜੀ ਨੂੰ ਭਗ ਜਾਣ ਦੇ ਬਾਹਰ, ਕਿਤੇ ਨਹੀਂ ਜਾਣਾ, ਕਿਤੇ ਨਹੀਂ ਜਾਣਾ, ਬਸ ਨਾ, ਮੈਨੂੰ ਤਾਂ ਲੋੜ ਨਹੀਂ ਜ਼ਿੰਦਗੀ ਦੀ, ਅੱਧੀ ਲੰਘੀ ਅੱਧੀ ਰਹਿ ਗਈ, ਮੈਂ ਕੀ ਕਰਾਉਣਾ ਜ਼ਿੰਦਗੀ ਤੋਂ? ਤੇਰੀ ਤਾਂ ਲੰਘੀ ਤੇ ਜਵਾਕਾਂ ਹੀ ਤਾਂ ਰਹਿੰਦੀ ਹੈਗੀ, ਉਹਨਾਂ ਦੇ ਤਾਂ ਹੁਣ ਉਹ ਘੱਟਾ ਧੋਈ ਜਾਣਗੇ ਸਾਰੀ ਉਮਰੀ। ਉਹ ਬਥੇਰਾ ਕੁਛ ਹੈਗਾ, ਇੱਥੇ ਰੋਟੀ ਮਿਲੀ ਜਾਊਗੀ ਖਾਣ ਨੂੰ, ਹੋਰ ਇੱਥੇ ਦੱਸ ਕੀ ਕੁਛ? ਨਾ ਤੂੰ ਘਰ ਬਾਰ ਚੱਜਦਾ ਪਾਉਣ ਦਿੰਦਾ, ਨਾ ਤੂੰ ਕੋਈ ਹੋਏਗਾ ਜਵਾਕਾਂ ਨੂੰ ਪੜ੍ਹਾਉਣ ਦਿੰਦਾ, ਕਰੇਗਾ ਕੀ ਮੈਨੂੰ ਇਹ ਤਾਂ ਦੱਸ ਦੇ। ਆਪਾਂ ਪਾਇਆ ਸੀ ਨਾ ਘਰ, ਠੀਕ ਹੈ, ਹੁਣ ਆਪਦੀ ਮਰਜ਼ੀ ਨਾਲ ਜਵਾਕ ਜਿਹਾ ਪਾਲੂਗਾ, ਜਿਹਾ ਜਿਹਾ ਪਾਉਣਾ ਹੋਇਆ, ਆਪਣੇ ਦਿਨ ਕੱਟੀਆਂ ਹੋਈ ਜਾਂਦੀਆਂ ਨੇ, ਆਪਾਂ ਕੀ ਇੱਥੇ ਬੰਗਲਾ ਪਾ ਕੇ ਕਰਨਾ ਗਾ? ਤੂੰ ਤਾਂ ਆਪਦੀ ਜ਼ਿੰਦਗੀ ਕੱਢ ਲਈ ਨਰਕ ਦੇ ਵਿੱਚ, ਹੁਣ ਜਵਾਕਾਂ ਨੂੰ ਬਿਠਾ ਦੇ, ਉਹਨਾਂ ਦਾ ਵੀ ਕੁਛ ਬਣ ਨਾ ਦੇਈ ਤੂੰ। ਉਹ ਨਰਕ ਨੂੰ ਤੈਨੂੰ ਘਾਟਾ ਕਾਹਦਾ ਰਿਹਾ ਹੈ ਤਾਂ ਦੱਸ ਦੇ, ਕੋਈ ਚੀਜ਼ ਦਾ ਘਾਟਾ ਤੈਨੂੰ ਰਿਹਾ ਗਾ? ਨਰਕ ਤਾਂ ਉਹ ਹੁੰਦਾ ਵੀ ਕੋਈ ਚੀਜ਼ ਨਹੀਂ ਮਿਲਦੀ ਗੀ, ਮਿਲਦਾ ਸਾਨੂੰ ਵਾਧੂ ਕੁਛ ਮਿਲੀ ਜਾਂਦਾ, ਮਿਲੀ ਜਾਂਦਾ ਗਾ, ਨਾਲੇ ਜਵਾਕਾਂ ਨੂੰ ਕਦੇ ਬਾਹਰ ਅੰਦਰ ਨਹੀਂ ਕਿਤੇ ਜਾਣ ਦੇਣਾ, ਕਿਤੇ ਇਹਨਾਂ ਨੂੰ ਹੱਸਣ ਖੇਡਣ ਦੀ ਕੋਈ ਗੱਲ ਕਰਨ ਦੇਣੀ, ਹੈਂ, ਹਰ ਵਕਤ ਤਾੜੀ ਰੱਖਣਾ, ਤਾੜੀ ਰੱਖਣਾ ਚੰਗੀ ਗੱਲ ਨਹੀਂ ਹੁੰਦੀ। ਇਹ ਤਾੜ ਨੂੰ ਇੱਥੇ ਮੈਂ ਖੁੱਡਾ ਬਣਾ ਰੱਖਿਆ ਵੀ ਉਹ 'ਚ ਤਾੜਤਾ ਉਹਨਾਂ ਨੂੰ, ਪੜ੍ਹਨ ਨੂੰ ਕਿਹਾ ਸੀ ਉਹ ਲਾਤਾ, ਪੜ੍ਹਨ ਨੂੰ ਮਿੰਨਤਾਂ ਨਾਲ ਹੀ ਲਾਈ ਹੈ, ਐ ਨਹੀਂ ਲਾਈ ਤੂੰ, ਬਥੇਰਾ ਕੁਛ ਹੋਇਆ ਸੀ ਤੇ ਉਹਨਾਂ ਨੂੰ ਅੱਗੇ ਲਾਇਆ। ਆ ਚਾਹ ਨਾ ਮੈਂ ਤੈਥੋਂ ਸਿਰ ਦੁੱਖ ਦੇ ਵਾਸਤੇ ਮੰਗਾਈ ਸੀ, ਤੂੰ ਚਾਬਰ ਚਾਬਰ ਕਰਕੇ ਇੱਥੇ ਸਿਰ ਦੁਖਣ ਲਾਏਂਗੀ, ਭੱਗ ਜਾ। ਆਹੋ ਮੈਂ ਲਾਉਂਗੀ ਸਿਰ ਦੁਖਣ, ਤੂੰ ਨਾ ਆਪਦੀ। ਹੋਰ ਸਾਰਾ ਦਿਨ ਬਾਹਰ ਦੱਸ ਕੀ ਰੱਖਿਆ ਗਾ? ਨਾ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਗੁੱਡੀ ਨੂੰ ਐਡੀ ਕਾਹਦੀ ਕਾਹਲੀ ਲੱਗੀ ਰਿਸ਼ਤਾ ਕਰਾਉਣ ਦੀ, ਉਹ ਆਪਦੀ ਕੁੜੀ ਦਾ ਕਰਦੇ। ਤੇਰੇ ਮਾਂ ਪਿਓ ਨੂੰ ਕਾਹਦੀ ਕਾਹਲੀ ਲੱਗੀ ਸੀ? ਤੈਨੂੰ ਨਾ ਕੈਨੇਡਾ ਭੇਜਤਾ ਬਈ, ਮੇਰੇ ਤਾਂ ਕਿਸ ਵਿੱਚ ਰੱਖਿਆ ਪਿਆ ਸੀ ਨਾ ਤੂੰ, ਰੱਖਿਆ ਪਿਆ ਸੀ ਜਾਂ ਰੱਖਿਆ ਤਾਂ ਰੱਖਿਆ ਸਹੀ ਯਾਰ, ਮੈਂ ਨਹੀਂ ਕਿਤੇ ਤੋਰਦਾ, ਬਸ ਗੱਲ ਨਿਬੜ ਗਈ। ਸਾਰੀ ਉਮਰ ਆਪਦੀ ਹਿੰਡ ਤੇ ਹੀ ਜਾਈ ਜਾਂਗਾ, ਆਹੋ ਹਿੰਡ ਹੀ ਸਹੀ ਮੇਰੀ, ਬਾਹਲਾ ਨਾ ਬੋਲੀ ਕੁੜੀ ਆਈ, ਉਹ ਆ ਗਈ ਕੁੜੀ ਵੀ ਆ ਗਈ, ਲੈ ਆ ਜਾ ਆ ਜਾ, ਤੇਰੀਆਂ ਹੀ ਗੱਲਾਂ ਚੱਲੀ ਜਾਂਦੀਆਂ ਨੇ। ਲੜੀ ਕਾਹਤੋਂ ਜਾਂਦੇ ਨੇ ਮੇਰੇ ਪਿੱਛੇ ਇਹ? ਆ ਗਈ ਪਾਪਾ, ਮੇਰੀ ਨਾ ਬੱਸ ਲੇਟ ਹੋ ਗਈ ਸੀਗੀ ਇੱਕ, ਉਹ ਨਾ ਪਾਪਾ ਮੀਂਹ ਕਰਕੇ ਨਾ ਬਸ ਦੋ ਬੱਸਾਂ ਮਿੱਸੇ ਹੋ ਗਈਆਂ, ਉਹ ਆਈਆਂ ਨਹੀਂ ਹੈਗੀਆਂ ਟਾਈਮ ਤੇ। ਕਿਉਂ ਮੀਂਹ 'ਚ ਕੀ ਟਾਇਰ ਖੁਰਦੇ ਸੀ ਬੱਸਾਂ ਦੇ? ਉਹ ਤਾਂ ਮੈਂ ਕਰ ਲੂੰ ਪਤਾ ਵੀ ਕਿਵੇਂ ਟਾਈਮ ਲੱਗਿਆਗਾ, ਕਿੱਥੇ ਬੈਠੀਆਂ ਸੀਗੀਆਂ। ਅਸੀਂ ਕਿੱਥੇ ਬਹਿਣਾ ਸੀਗਾ ਪਾਪਾ, ਅਸੀਂ ਕਾਲਜ 'ਚ ਨਾਲ ਲਿਖਾਉਣ ਲੱਗੇ, ਇੱਕ ਬੱਸ ਆਈ ਮਿਸ ਹੋ ਗਈ, ਦੂਜੀ ਉਹ ਕਹਿੰਦੇ ਅੱਜ ਆਉਂਦੀ ਨਹੀਂ ਹੈਗੀ ਮੀਂਹ ਕਰਕੇ, ਫਿਰ ਅਸੀਂ ਤਾਂ ਪ੍ਰਾਈਵੇਟ 'ਤੇ ਆ ਗਈਆਂ। ਚੱਲ ਕੋਈ ਨਾ, ਪ੍ਰਾਈਵੇਟ 'ਤੇ ਆ ਗਈਆਂ, ਆ ਤਾਂ ਗਈਆਂ, ਆਉਂਦੀ ਆ ਤੇਰੀ ਭੂਆ? ਭੂਆ ਆਊਗੀ? ਆਹੋ ਆਊਗੀ ਅੱਜ। ਆਹੋ ਆਊਗੀ ਤੇਰੀ ਭੂਆ, ਉਹ ਜਿਹੜੀ 10 ਪਾਈ ਆ 7 ਕਿੱਲੇ ਜ਼ਮੀਨ ਦੇ, ਉਹਦੇ ਰਿਸ਼ਤੇ ਵਾਸਤੇ ਆਉਂਦੀ ਆ ਉਹ। ਮੇਰੇ ਰਿਸ਼ਤੇ ਵਾਸਤੇ? ਮੈਂ ਨਹੀਂ ਹਲੇ ਵਿਆਹ ਵੀ ਕਰਾਉਂਦੀ ਹੈਗੀ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਮੈਥੋਂ ਬਿਨਾਂ ਪੁੱਛੀ ਆ ਕਰ ਦਿੰਦੇ ਹੋ ਤੁਸੀਂ। ਤੇਰੇ ਤਾਂ ਵੱਡੇ ਵੀ ਕਰਾਉਣਗੇ, ਤੈਥੋਂ ਪੁੱਛਿਆ ਨਹੀਂ ਹੈਗਾ ਮੈਂ, ਤੈਨੂੰ ਦੱਸਿਆ ਹੈਗਾ ਵੀ ਤੇਰੀ ਭੂਆ ਆਉਂਦੀ ਆ, ਨਾ DSP ਲਾ ਕੇ ਵਿਆਹ ਕਰਾਏਂਗੀ ਨਾ ਤੂੰ, ਕਰਦੀ ਆ ਗੱਲਾਂ। ਮੈਂ ਕਿਹੜਾ DSP ਲੱਗ ਨਹੀਂ ਸਕਦੀ ਹੈਗੀ ਪਾਪਾ, ਤੁਸੀਂ ਮੈਨੂੰ ਪੜ੍ਹਾਉਂਦੀ ਨਹੀਂ ਹੈਗੇ, ਨਾਲੇ ਆਪਣੇ ਪਿੰਡ 'ਚ ਕਿੰਨੀਆਂ ਕੁੜੀਆਂ ਪੁਲਿਸ 'ਚ ਲੱਗ ਰਹੀਆਂ ਨੇ, ਕੋਈ ਡਾਕਟਰ ਨਹੀਂ ਬਣ ਰਹੀ ਹੈ। ਅੱਛਾ ਪੜ੍ਹਾਉਂਦੀ ਨਹੀਂ, ਹੋਰ ਕਾਲਜ ਕੀ ਉੱਥੇ ਤੂੰ ਗਿੱਧਾ ਪਾਉਣ ਜਾਂਦੀ ਆ, ਪੜ੍ਹਨੀ ਜਾਂਦੀ ਆ, ਪੜ੍ਹਨ ਵਾਸਤੇ ਲਾਈ ਆ। ਫਿਰ ਪਾਪਾ BA ਕਰਨ ਨਾਲ ਕੀ ਹੁੰਦਾ, ਅੱਗੇ ਵੀ ਪੜਾਉਣਾ ਪੈਂਦਾ, ਇਹਦਾ ਪੇਪਰ ਪਾਸ ਕਰਨਾ ਪੈਂਦਾ ਫਿਰ। ਚੱਲ ਕੋਈ ਨਾ, ਐ ਤਾਂ ਗਾਹਾਂ ਫਿਰ ਤੂੰ ਕਹਿੰਦੇਗੀ ਆਹ ਕੰਮ ਵਾਸਤੇ ਹੋਰ ਗਾਹਾਂ ਪੜਨਾ ਪਊਗਾ। ਆਹੀ ਮੱਥਾ ਲੱਭ ਰਹੀ ਤੇ ਮੈਂ ਮਾਰੀ ਜਣੇ ਕੋਲ ਦੀ ਬੈਠੀ ਵੀ ਹੁਣੇ ਰਿਸ਼ਤੇ ਨੂੰ ਦੱਸ ਕੀ ਹੈਗਾ, ਕਿਉਂ ਤੂੰ ਕੁੜੀ ਜ਼ਿੰਦਗੀ ਬਰਬਾਦ ਕਰਦਾਗਾ। ਯਾਰ ਸੋਨੂੰ ਪਤਾ ਜਦੋਂ ਮੈਂ ਕਿਸੇ ਦੀ ਗੱਲ ਮੰਨਣੀ ਨਹੀਂ, ਮੱਥਾ ਮਾਰਨ ਦੀ ਫਾਇਦਾ ਨਹੀਂ, ਕਿਉਂ ਮਾਰਦੇ ਮੱਥਾ? ਮੰਨਣੀ ਤੂੰ ਤਾਂ ਸਾਰੀ ਜ਼ਿੰਦਗੀ ਨਹੀਂ ਮੰਨੀ ਕਿਸੇ ਦੀ, ਹਾਂ ਹੁਣ ਕੀ ਮੰਨੇਗਾ? ਮੇਰੀ ਤਾਂ ਨਹੀਂ ਮੰਨੀ, ਹੁਣ ਜਵਾਕਾਂ ਤੇ ਸੁਣ ਲਾ, ਇਹਨਾਂ ਨੂੰ ਤਾਂ ਨਾ ਖਰਾਬ ਕਰ, ਜ਼ਿੰਦਗੀ ਖਰਾਬ ਕਰਨਾ ਦੀ। ਤੇਰੀ ਜ਼ਿੰਦਗੀ ਖਰਾਬ ਹੋ ਗਈ ਇਹਨਾਂ ਦੀ ਜ਼ਿੰਦਗੀ, ਨਰਕ ਹੀ ਹੋਰ ਕੀ ਹੈ। ਚੱਲ ਨਰਕਾ ਦਾ ਭਾਜਾ ਫਿਰ ਯਾਰ, ਨਰਕਾ ਦਾ ਜਾ ਵਦੇ ਪਿੰਡ ਵਗ ਜਾ।
ਪ੍ਰੀਤ ਨੇ ਤਾਂ ਆਈ ਕਿਹਾ ਸੀ ਵੀ ਮੈਂ ਚੋਰੀਓਂ ਬਣਵਾ ਦੂੰਗੀ ਤੇਰਾ ਪਾਸਪੋਰਟ, ਪਰ ਉਹ ਕਹਿੰਦੀ ਉਹ ਕੀ ਪਤਾ ਨਹੀਂ ਕਰਨ ਆਉਂਦੇ ਹੁੰਦੇ ਨੇ ਘਰੇ, ਵੈਰੀਫਿਕੇਸ਼ਨ ਕਰਨ ਆਉਂਦੇ ਹੁੰਦੇ ਨੇ ਘਰੇ, ਵੈਰੀਫਿਕੇਸ਼ਨ ਆਉਂਦੇ ਹੁੰਦੇ ਨੇ ਕਰਨ ਵੀ ਮਤਲਬ ਸਾਰਾ ਕੁਛ ਪਤਾ ਕਰਦੇ ਹੋਣਗੇ ਡੱਬਰ ਡੁੱਬਰ ਬਾਰੇ, ਫਿਰ ਉਹ ਤਾਂ ਭਾਪੇ ਨੂੰ ਪਤਾ ਲੱਗ ਜੂ, ਜੇ ਤਾਂ ਭਾਪੇ ਨੂੰ ਆਪਾਂ ਕਿਤੇ ਭੇਜ ਦਾਂਗੇ ਉਹਦੇ ਜਿੱਦੇ ਹੋਣਗੇ, ਹੁਣ ਆਪਾਂ ਨੂੰ ਕੀ ਪਤਾ ਕਦੋਂ ਆਉਣਗੇ ਉਹ ਕਿਹੜਾ ਅਗਲੇ ਦੱਸ ਕੇ ਆਉਣਗੇ ਫਿਰ। ਮਾਂ ਦੇਖੀ ਮੈਨੂੰ ਬਾਹਰੇ ਭੇਜਦੇ, ਨਹੀਂ ਤਾਂ ਜੇ ਮੈਂ ਨਾ ਬਾਹਰ ਗਈ ਨਾ ਤਾਰੀ ਨਾਲ ਵਿਆਹ ਕਰਾਊਗੀ ਜਿਹੜੇ ਨੂੰ ਪਸੰਦ ਕਰਦੀ ਆ, ਉਹ ਵੀ ਤਾਂ ਕਰਾਊਗੀ। ਉਹ ਹਾਂ ਸੱਚ, ਜੱਸੀ ਪ੍ਰੀਤ ਕਹਿਤਾ ਸਾਡੇ ਨਾਲ ਮੁੰਡਾ ਕੰਮ ਪੜਦਾ। ਮਰ ਜਾ ਦੱਸ ਵਿਹੜੇ ਦਾ ਕੀ ਹਾਲ ਹੋਇਆ ਪਿਆ। ਆਏ ਨੀ ਹੈਗਾ ਮਾਵਾਂ ਧੀਆਂ ਨੂੰ, ਸ਼ਕੀਨੀ ਤਾਂ ਬਥੇਰੀ ਲਾਉਣੀ ਆਉਂਦੀ ਆ ਵੀ ਮਾੜਾ ਮੋਟਾ ਅਸੀਂ ਲਿਪੇ ਲਈਏ, ਜਮਾਂ ਕੰਮ ਨੂੰ ਹੱਥ ਲਾ ਕੇ ਰਾਜੀ ਨਹੀਂ ਹੈਗੀ। ਲੈ ਆਉਂਦੀ ਇਰਫਾਨ, ਹੁਣ ਆ ਕੀ ਕਰੂਗੀ ਇੱਥੇ ਚੌਧਰ। ਸਤਿ ਸ਼੍ਰੀ ਅਕਾਲ ਤਾਂ ਭਾਈ ਤੇਰੀ ਠੀਕ ਆ, ਆ ਮਾੜਾ ਮੋਟਾ ਵਿਹੜੇ ਨੂੰ ਸਮਾਰ ਲਓ, ਕੀ ਹਾਲ ਹੋਇਆ ਪਿਆ, ਲਿਪ ਲਿਆ ਗੋਹਾ ਮਿੱਟੀ ਫੇਰ ਲਿਆ ਕਰੋ। ਲੈ ਗੋਹਾ ਮਿੱਟੀ ਫੇਰ ਲਿਆ ਕਰੋ, ਜੇ ਮੈਨੂੰ ਮਿੱਟੀ ਲਿਆ ਕੇ ਦਊਗਾ ਤਾਂ ਮੈਂ ਫੇਰ ਹੀ ਉਹ ਕਰਾਂ, ਹੈਂ ਬਾਹਲੀ ਗੱਲ ਹੈ, ਤੇਰੇ ਭਰਾ ਨੂੰ ਕਹਿੰਦੇ ਪੱਕਾ ਕਰਾ ਦੂਗਾ। ਅੱਛਾ ਪੱਕਾ ਕਰਾਉਣ ਨੂੰ ਪੈਸੇ ਪਤਾ ਵੀ ਕਿੰਨੇ ਲੱਗਣਗੇ,
ਗੋਹਾ ਮਿੱਟੀ ਫੇਰਨ ਦੀ ਮਾਰੀ ਕਹਿੰਦੀ ਟੈਲਾਂ ਲਵਾ ਦੇ ਇਹਨੂੰ ਹੋਰ ਕਿਤੇ ਨਾ। ਭੈਣੇ ਮੈਂ ਟੈਲਾਂ ਲਵਾਉਣ ਨੂੰ ਨੀ ਕਹਿੰਦੀ, ਆ ਇੱਟਾਂ ਹੀ ਲਵਾ ਦੇ ਇਕੱਲੀਆਂ ਇੱਥੇ, ਫੇਰ ਕਿੱਡੀ ਗੱਲ ਹੋ ਜੂਗੀ। ਨਾਲੇ ਪੈਸੇ ਦੱਸ ਹਿੱਕ ਤੇ ਰੱਖ ਕੇ ਲੈ ਕੇ ਜਾਣਾ ਜੇ ਘਰ ਹੀ ਨਾ ਸਮਾਰਾਂਗੇ ਆਪਾਂ। ਪੈਸੇ ਪਤਾ ਵੀ ਕਿੰਨੇ ਲੱਗਣਗੇ? ਕਿੰਨੇ ਕੁ ਲੱਗ ਜਾਣਗੇ? 10-20 ਹਜ਼ਾਰ ਰੁਪਇਆ ਲੱਗ ਜੂਗਾ, ਊਂ ਕਿਹੜਾ ਲੱਗੀ ਨੀ ਜਾਂਦੇ ਪੈਸੇ। ਚੱਲ ਕੋਈ ਨੀ, ਪੈ ਜਾ ਮੈਂ ਪਾਣੀ ਲਿਆਉਣੀ ਤੇਰੇ ਵਾਸਤੇ। ਬਸ ਪਾਣੀ ਤਾਂ ਮੈਂ ਪੀਣਾ ਨੀ ਹੈਗਾ, ਚਾਹ ਦੀ ਘੁੱਟੇ ਦੇ ਦੇ ਮੈਨੂੰ। ਚੰਗਾ ਚਾਹ ਲਿਆ ਦਿੰਦੀ ਹਾਂ। ਚੱਲ ਭੈਣ ਵੀ ਆਈ ਬੈਠੀ ਆ ਮੈਨੂੰ ਲੱਗਦਾ। ਸਤਿ ਸ੍ਰੀ ਅਕਾਲ ਭੈਣੇ। ਸਤਿ ਸ੍ਰੀ ਅਕਾਲ, ਠੀਕ ਹੋ? ਹਾਂ ਠੀਕ ਆ। ਹਰਦੀਪ ਬਹਿ ਜਾ। ਬਸ ਆ ਮੈਂ ਕੁਰਸੀ ਜੀ ਖਿੱਚ ਲੈਣਾ। ਆ ਦੇਖ ਲਾ, ਆ ਹੁੰਦੀ ਆ ਖੁਸ਼ੀ ਆਉਣ ਦੀ। ਉਹਦੇ ਤਾਂ ਸੌਕਰਾ ਸਿਰ ਚ ਪਾਣੀ ਦਾ ਪੈ ਗਿਆ ਵੀ ਆ ਗਈ। ਉਹ ਤਾਂ ਹੈ ਹੀ ਇਹ ਜੀ, ਹੁਣ ਫਿਰ ਕੀ ਕਰੀਏ। ਮੇਜ ਚੱਕ ਲਿਆਉਣਾ ਸੀ ਨਾਲ। ਹਰਦੀਪ ਕਾਹਨੂੰ ਖੇਚਲ ਕਰਦਾ ਏ, ਆਈ ਪੀ ਲੈਣੀ ਆ ਕੋਈ ਨਾ। ਇਹਨੂੰ ਨਹੀਂ ਕੀ ਪਤਾ ਵੀ ਮੇਜ ਰੱਖ ਦਮਾ। ਚੱਲ ਕੋਈ ਨਾ, ਮੈਂ ਨਹੀਂ ਭੈਣ ਤੇਰੇ। ਆਪਣੇ ਹੋਰ ਘਰੇ ਠੀਕ ਸੀ ਭਣੇ? ਸਾਰੇ ਠੀਕ ਤੀਗੇ। ਤੈਨੂੰ ਹੋਣਾ ਵੀ ਵਧੀਆ ਆਈ ਨੀ ਹੈਗੀ, ਰੰਦ ਕੱਟੀ ਗਈ। ਕਾਹਦੀ ਰੰਦ ਕੱਟੀ ਗਈ ਭੈਣੇ? ਤੂੰ ਤਾਂ ਉਹੀ ਕਰੀ ਜਾਂਦੀ ਹੈਗੀ, ਮੈਨੂੰ ਕੀ ਦੁੱਖ ਹੈ ਜੇ ਤੂੰ ਆ ਜਾਂਦੀ ਸਗਨਾਂ ਨਾਲ ਇਹਦੇ ਰੱਖੜੀ ਬੰਨ ਕੇ ਜਾਂਦੀ। ਕੱਲੀ ਕੱਲੀ ਤੂੰ ਭੈਣ ਹੈ ਇਹਨਾਂ ਦੀ। ਕੁੜੀਆਂ ਵੀ ਬੁਲਾਏ ਤੇ ਹੀ ਆਉਂਦੀਆਂ ਹੁੰਦੀਆਂ ਨੇ, ਮੈਂ ਇੱਥੇ ਆ ਜਾਂਦੀ ਰੱਖੜੀ ਲੈ ਕੇ, ਤੂੰ ਐਡਾ ਮੂੰਹ ਬਣਾ ਕੇ ਦਿਖਾ ਦਿੰਦੀ ਮੈਨੂੰ ਕੁਛ ਦੇ ਕੇ ਨਾ ਤੋਰਦੀ। ਲੈ ਭੈਣੇ ਮੈਨੂੰ ਐਂ ਦੱਸ, ਅੱਗੇ ਤੂੰ ਰੱਖੜੀ ਬੰਨਣ ਆਉਂਦੀ ਹੈ, ਅੱਗੇ ਕਿੰਨਾ ਕੁ ਤੈਨੂੰ ਮੈਂ ਖਾਲੀ ਹੱਥ ਮੋੜਤਾ ਗਾ? ਜਿਹੜਾ ਮੈਂ ਹੁਣ ਖਾਲੀ ਹੱਥ ਮੋੜ ਦਿੰਦੀ, ਜਿੰਨਾ ਕੁ ਮੇਰੇ ਕੋਲ ਸਰਦਾ ਮੈਂ ਤੈਨੂੰ ਦੇ ਦਿੰਦੀ। ਚੱਲ ਭਾਈ, ਤੈਂ ਤਾਂ ਮੇਰੇ ਨਾਲ ਆਈ ਕਰਨਾ ਹੁੰਦਾ, ਜਦ ਵੀ ਕਦੇ ਆ ਜਾਵਾਂ ਆਈ ਮੂੰਹ ਫੁਲਾ ਕੇ ਫਿਰੀ ਜਾਂਦੀ ਹੈ। ਮੈਂ ਤਾਂ ਕਾਹਦਾ ਮੂੰਹ ਫੁਲਾਉਣਾ ਭੈਣੇ, ਤੁਸੀਂ ਤਾਂ ਮੈਨੂੰ ਉਹੀ ਬੋਲਣ ਲੱਗ ਜਾਂਦੇ ਹੋ। ਦੇਖ ਲਾ ਹਰਦੀਪ, ਆਈ ਨੂੰ ਅਜੇ 10 ਮਿੰਟ ਨੀ ਹੋਏ, ਕਿਵੇਂ ਗੱਲਾਂ ਦੇ ਧੜਾਧੜ ਜਵਾਬ ਦਿੰਦੀ ਆ। ਆਈ ਨੀ ਹੈਗਾ ਵੀ ਚੱਲ ਜੇ ਮੈਨੂੰ ਗੁੱਸਾ ਗਿੱਲਾ, ਮੈਂ ਇਹਨੂੰ ਬੋਲ ਵੀ ਨਹੀਂ ਸਕਦੀ ਹੈਗੀ। ਆਹੀ ਕੁਛ ਚੱਲਦਾ ਇੱਥੇ, ਜਿੰਨਾ ਮਰਜ਼ੀ ਕਹਾ ਲਓ, ਮਿਹਨੋ ਮਿਹਣੀ ਹੋਈ ਚੱਲੋ, ਬਸ ਕੁਛ ਕਰਨਾ ਨੀ ਧਰਨਾ ਨੀ। ਚੰਗਾ ਕੰਮ ਕਰਦੇ ਆ ਉਹ ਚ ਵਿਘਨ ਪਾਉਣਾ ਪੈਂਦਾ। ਕੀ ਚੰਗਾ ਕੰਮ ਕਰਦੇ ਹੋਗੇ? ਮੈਨੂੰ ਤਾਂ ਹਰਦੀਪ ਤੈ ਕਹਿਤਾ ਵੀ ਤੂੰ ਆ ਜਾ ਬੈਠ ਕੇ ਗੱਲ ਕਰ ਲਾਂਗੇ, ਨਹੀਂ ਮੈਂ ਤਾਂ ਤੇਰੇ ਨਾਲ ਫੋਨ ਤੇ ਹੀ ਗੱਲ ਨਿਬੇੜ ਲਾਣੀ ਸੀ। ਮੈਨੂੰ ਪਤਾ ਸੀਗਾ ਵੀ ਇਹਨੇ ਦੇਖ ਕੇ ਮੈਨੂੰ ਜਰਨਾ ਨੀ ਹੈਗਾ। ਭੈਣੇ ਜਰਨ ਵਾਲੀ ਗੱਲ ਨੀ ਹੈਗੀ, ਜਿਹੜੀ ਤੂੰ ਗੱਲ ਕਰੀ ਜਾਂਦੀ ਹੈਗੀ ਵੀ ਹੁਣੇ ਕੀ ਹੈਗਾ ਲਵਪ੍ਰੀਤ ਦੇ ਵਿਆਹ ਨੂੰ ਹੈ, ਤੂੰ ਆਪਦੀ ਕੁੜੀ ਦਾ ਕਰਦੇ ਰਿਸ਼ਤਾ ਜੇ ਪਾਲਾ ਚੰਗਾ ਰਿਸ਼ਤਾ ਤੁਹਾਨੂੰ ਮਿਲਦਾ ਤਾਂ। ਚੰਗਾ ਘਰ ਆ, ਕੁੜੀ ਐਸ਼ ਕਰੂਗੀ, 7 ਕਿੱਲੇ ਜ਼ਮੀਨ ਦੇ ਨੇ, ਹੋਰ ਤੈਨੂੰ ਦੱਸ ਕੀ ਚਾਹੀਦਾ। ਇਕੱਲੇ ਜ਼ਮੀਨ ਨਾਲ ਨੀ ਭੈਣੇ ਰਿਸ਼ਤੇ ਹੁੰਦੇ ਹੁੰਦੇ, ਦੇਖਣਾ ਵੀ ਪੈਂਦਾ ਹੁੰਦਾ, ਜਵਾਕ ਦੀ ਉਮਰ ਵੀ ਦੇਖਣੀ ਪੈਂਦੀ ਹੈ, ਉਹਨੇ ਹਜੇ ਅੱਗੇ ਪੜ੍ਹਨਾ ਹੈਗਾ। ਪੜ੍ਹ ਕੇ ਪਤਾ ਨਹੀਂ ਉਹਨੇ ਕੀ ਕਰ ਲੱਲੜ ਲਾਉਣੇ ਨੇ, ਇੱਥੇ ਗੋਹਾ ਹੀ ਸਿੱਟਣਾ ਹੈ। ਕਿਉਂ ਗੋਹਾ ਕਿਉਂ ਸਿੱਟਣਾ ਹੈਗਾ? ਕੋਈ ਜ਼ਰੂਰੀ ਤਾਂ ਨਹੀਂ ਹੈਗਾ ਵੀ ਸਾਰੀ ਉਮਰ ਇਹਨੇ ਗੋਹਾ ਹੀ ਸਿੱਟਣਾ ਹੈ। ਨਾਲੇ ਸਾਰੀਆਂ ਕੁੜੀਆਂ ਗੋਹਾ ਹੀ ਡੇਗਦੀਆਂ ਹੁੰਦੀਆਂ ਨੇ, ਪੜ੍ਹ ਕੇ ਕੁਛ ਲੱਗਦੀਆਂ ਵੀ ਹੁੰਦੀਆਂ ਨੇ। ਉਹ ਕੋਈ ਨਾ, ਫਿਰ ਲੱਗਣ ਨੂੰ ਕੀ ਹੈਗਾ, ਪੜ੍ਹ ਕੇ ਕਿਹੜਾ ਗੋਹਾ ਕੂੜਾ ਨਹੀਂ ਹੁੰਦਾ, ਕੋਈ ਨੌਕਰੀ ਨਹੀਂ ਹੁੰਦੀ, ਸਾਰਾ ਕੁਛ ਹੀ ਹੁੰਦਾ ਗਾ। ਨਾ ਕੁੜੀ ਤੈਨੂੰ ਸੰਗ ਸ਼ਰਮ ਹੈ ਹੀ ਨੀਗੀ, ਤੇਰੀ ਮਾਂ ਨੇ ਸਿਖਾਇਆ ਨੀ ਹੈਗਾ ਵੀ ਜੇ ਕੋਈ ਆਉਂਦਾ ਸਤਿ ਸ੍ਰੀ ਅਕਾਲ ਬੁਲਾਉਣੀ ਪੈਂਦੀ ਆ, ਆ ਹੋਰ ਇਹ ਕੁਛ ਬੋਲਣ ਲੱਗ ਗਈ ਮੈਨੂੰ ਆ ਕੇ। ਬੋਲਣ ਨੂੰ ਮੈਂ ਕਿਹੜਾ ਭੂਆ ਤੁਹਾਨੂੰ ਕੋਈ ਗਾਲ ਕੱਢਤੀ, ਸੱਚੀ ਉਹ ਤਾਂ ਗੱਲ ਕਹੀ ਹੈ। ਜੇ ਤੁਸੀਂ ਕਹਿੰਦੇ ਹੋ ਵੀ ਕੁੜੀਆਂ ਨੇ ਗੋਹਾ ਕੂੜਾ ਕਰਨਾ ਹੁੰਦਾ, ਫਿਰ ਤੁਸੀਂ ਆਪਦੀ ਕੁੜੀ ਕਿਉਂ ਪੜ੍ਹਨੇ ਪਈ ਹੈ? ਉਹਨੂੰ ਵੀ ਵਿਆਹ ਦਿਓ, ਉਹਨੇ ਵੀ ਤਾਂ ਗਾਹਾਂ ਜਾ ਕੇ ਗੋਹਾ ਕੂੜਾ ਹੀ ਕਰਨਾ ਨਾ। ਕੁੜੀਏ ਦੇਖ ਕਿਵੇਂ ਕੈਂਚੀ ਵਾਂਗੂ ਜਵਾਨ ਚੱਲਦੀ ਹੈ ਇਹਦੀ, ਆ ਸ਼ਕੀਨੀਆਂ ਲਾਉਣੀਆਂ ਘੱਟ ਕਰ ਦੇ, ਕਿਵੇਂ ਪਾਏ ਨੇ ਸ਼ਾਂਪਾਂ ਛੱਲੇ, ਨੌ ਪਾਲਸਾਂ ਲਾਈਆਂ ਨੇ। ਨਾਲੇ ਤੂੰ ਮੇਰੀ ਕੁੜੀ ਦੀ ਗੱਲ ਕਰਦੀ ਆ, ਮੇਰੀ ਕੁੜੀ ਦਾ ਤਾਂ ਤੂੰ ਮੁਕਾਬਲਾ ਨਹੀਂ ਕਰ ਸਕਦੀ।
ਸਾਡੇ 15 ਕਿੱਲੇ ਜ਼ਮੀਨ ਦੇ ਨੇ, ਮੈਂ ਇੰਨੀ ਘੱਟ ਜ਼ਮੀਨ ਵਾਲੇ ਦਾ ਰਿਸ਼ਤਾ ਕਰੂੰਗਾ ਤਾਂ ਕਿਉਂ ਫਿਰ ਮੈਂ ਇੰਨੀ ਘੱਟ ਜ਼ਮੀਨ ਵਾਲੇ ਤੇ ਕਿਉਂ ਕਰਵਾਵਾਂ? ਜਿਹੜੇ ਛੋਟੀ ਘੜਾਂਬਰਾਂ ਦੀ ਹੂਰ ਉਤਰ ਕੇ ਆ ਗਈ ਨਾ ਤੁਹਾਡੇ 'ਚ, ਇੰਨੀ ਗੁੰਜਾਇਸ਼ ਹੈਗੀ ਆ ਬੜੇ ਟੱਬਰ ਨਾਲ ਮੱਥਾ ਲਾਉਣ ਦੀ? ਕੋਈ ਨੀ ਭੈਣੇ, ਜਿੰਨੀ ਕੁ ਹੈਗੀ ਗੁੰਜਾਇਸ਼ ਉਹ ਜਿਹਾ ਅਸੀਂ ਦੇਖ ਲਾਂਗੇ, ਤੈਨੂੰ ਕੀ ਫਿਕਰ ਪਿਆ ਗਾ? ਨਾਲੇ ਆ ਨੌ ਪਲਸਾਂ ਲਾਉਣ ਦੇ ਇਹ ਚੀਜ਼ਾਂ ਵਰਖ ਦੀਆਂ ਤੇ ਉਹਦੀਆਂ, ਤੇ ਜੇ ਜਵਾਕ ਇਹ ਕੁੜੀ ਨਾਲ ਲਾਊਗੀ ਤਾਂ ਹੋਰ ਕੌਣ ਲਾਊ? ਮੁੰਡੇ ਲਾਉਣਗੇ? ਹਰਦੀਪ ਦੇਖ ਲਾਂਗੇ ਡਾਂਗ ਮਾਰੀ, ਨਾਲੇ ਤੈਨੂੰ ਮੈਂ ਪੜ੍ਹਨ ਭੇਜਿਆ ਉੱਥੇ ਜਵਾਨ ਚਲਾਉਣੀ ਸਿਖਾਉਣ ਨਹੀਂ ਭੇਜਿਆ ਹੈਗਾ, ਕਿਵੇਂ ਚਾਬਰ ਚਾਬਰ ਬੋਲਦੀ ਆਪਦੀ ਮਾਂ ਵਾਂਗੂ? ਦੋਵਾਂ ਮਾਵਾਂ ਧੀਆਂ ਨੇ ਏਕਾ ਕਰਿਆ ਹੈ, ਕਿਵੇਂ ਮੈਨੂੰ ਪੈਂਦੀਆਂ ਨੇ ਮੂਹਰਿਆਂ ਟੁੱਟ ਟੁੱਟ ਕੇ? ਚਲ ਕੋਈ ਨਾ, ਏਕਾ ਕਰਿਆ ਹੀ ਕਰਾਇਆ ਹੈਗਾ ਭਾਈ, ਤੂੰ ਮੈਨੂੰ ਦੱਸੋ ਕੀ? ਮੈਂ ਤਾਂ ਇੱਥੇ ਬੁਲਾ ਕੇ ਗਲਤੀ ਕਰੀ, ਅਸੀਂ ਫਾਹਾ ਵੱਡਿਆਂ ਦਾ ਕਰਿਆ ਆਉਂਦਾ ਰਿਸ਼ਤਾ ਪਰੇ। ਫਿਰ ਮੈਂ ਤੈਨੂੰ ਕਿਹਾ ਤਾਂ ਹੈਗਾ ਤੇ ਤੂੰ ਮੇਰੇ ਨਵੇਂ ਆ ਜਾ, ਤੂੰ ਵੀ ਮੰਨਿਆ ਨਹੀਂ ਕਹਿੰਦਾ, ਉਹਦੇ ਸਾਹਮਣੇ ਬਹਿ ਕੇ ਗੱਲ ਕਰਾਂਗੇ। ਇਹ ਗੱਲ ਕਰਨ ਜੋਗੀ ਹੈਗੀ ਆ? ਇੱਜ਼ਤ ਕਰਦੇ ਆ ਕਰਾਉਣੀ ਨਹੀਂ ਆਉਂਦੀ ਇਹਨਾਂ ਦੀ, ਥੋੜਾ ਘਰ ਸਾਂਭੀ ਬੈਠੀ ਆ ਹਜੇ, ਮੈਂ ਗੱਲ ਕਰਨ ਜੋਗੀ ਨਹੀਂ ਹੈਗੀ। ਕੋਈ ਨਾ, ਜਿੱਤੇ ਤੂੰ ਸਾਰੀ ਉਮਰ ਤੇਰੇ ਭਰਾ ਨਾਲ ਇਹ ਜਿਹੜਾ ਕੱਟ ਲਿਆ ਮੈਂ। ਬਈ ਹਰਦੀਪ ਤੂੰ ਮੇਰੇ ਨਾਲ ਗੱਲ ਕਰ ਲੈ, ਮੈਂ ਤਾਂ ਇਹਦੇ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ। ਤੁਸੀਂ ਮੇਰੇ ਨਾਲ ਗੱਲ ਕਰੋ, ਵਿਆਹ ਮੈਂ ਕਰਾਉਣਾ ਹੈ, ਮੈਂ ਵਿਆਹ ਵੀ ਨਹੀਂ ਕਰਾਉਂਦੀ ਹੈਗੀ, ਨਾਲੇ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਤੁਸੀਂ, ਮੈਂ ਹੁਣ ਪੁਲਿਸ 'ਚ ਰਿਪੋਰਟ ਦੇ ਦੂੰਗੀ। ਚੱਲ ਚੱਲ ਤੂੰ ਦੇ ਦੇ, ਤੁਸੀਂ ਸਾਡੇ ਘਰ ਆ ਕੇ ਗੁਰਦੁਆਰੇ ਘੁੱਟ ਦੇ ਨਾ, ਮੇਰੀ ਮਾਂ ਨੇ ਕੀ ਤੁਹਾਡਾ ਬੁਰਾ ਕਰਤਾ? ਗੱਲਾਂ ਦੇ ਕਰਦੀ ਕਿਤੇ ਹੋਰ ਨਾ, ਤੂੰ ਪੁਲਿਸ 'ਚ ਰਿਪੋਰਟ ਦੇ ਦੇ। ਚੱਲ ਹਰਦੀਪ ਤੂੰ ਚੁੱਪ ਕਰ ਜਾ, ਜਿਹੜਾ ਕੁਛ ਕਰਨਾ ਉਹ ਤਾਂ ਤੈਂ ਕਰਨਾ ਹੀ ਆ, ਇਹਨਾਂ ਦੀ ਕਿਹੜਾ ਚੱਲਣੀ ਆ? ਐ ਕਿਵੇਂ ਕਰਨਾ ਗਾ, ਵਿਆਹ ਕੇ ਤੋਰਨਾ ਤਾਂ ਉਸੇ ਨੂੰ ਆ, ਜਦੋਂ ਉਹ ਨਹੀਂ ਮੰਨਦੀ ਅਗਲੀ ਫਿਰ ਕਿਵੇਂ ਧੱਕੇ ਨਾਲ ਤੋਰ ਦੋਗੇ? ਨਾਲੇ ਸਾਨੂੰ ਕੀ ਪਤਾ ਉੱਥੇ ਕਹਾਂ ਅਗਲਾ ਕਿਹੋ ਜਿਹਾ ਹੈਗਾ ਕਿਹੋ ਜਿਹਾ ਨਹੀਂ? ਉਹ ਸਾਰਾ ਕੁਛ ਦੇਖ ਕੇ ਆਊਂਗਾ ਮੈਂ, ਅਸੀਂ ਤਾਂ ਨਹੀਂ ਉਹਨਾਂ ਮੱਝਾਂ ਕੀ ਵੀ ਰੱਸਾ ਫੜਾ ਦਿਆਂਗੇ, ਦੇਖਭਾਲ ਕੀ ਕਰਾਂਗੇ ਸਾਰਾ ਕੁਛ? ਪਤਾ ਹੀ ਹੈ ਮੈਨੂੰ, ਤੁਸੀਂ ਕਿਹੋ ਜਿਹਾ ਦੇਖ ਕੇ ਆਏਗਾ ਜ਼ਿਆਦੇ ਸਾਨੂੰ ਇਹ ਵਾਲੀ ਗੱਲ ਹੈ ਨਾ, ਤੇ ਮੈਂ ਵੀ ਨਾਲ ਹੀ ਚੱਲੂ ਦੇਖਣ ਵਾਸਤੇ। ਹਾਂ ਤੂੰ ਕਿਵੇਂ ਚਲੇ ਜਾਏਂਗੀ, ਉੱਥੇ ਚੰਗੀ ਲੱਗੇਂਗੀ? ਕਿਉਂ ਚੰਗੀ ਲੱਗਣ ਦੀ ਕੀ ਗੱਲ? ਮੇਰੀ ਬੇਇੱਜ਼ਤੀ ਕੀ? ਮੇਰੀ ਬੇਇੱਜ਼ਤੀ ਕਰਾ ਕੇ ਰੱਖ ਦਿੰਦਾ। ਮਾਂ ਤਾਂ ਤੇਰੀ ਵੀ ਸੀ, ਉਹ ਆਈ ਸੀ ਇੱਥੇ ਦੇਖਣ, ਕੱਲਾ ਭਰਾ ਤੇ ਪਿਓ ਆਈ ਸੀ ਤੇਰੇ, ਹੁਣ ਤੂੰ ਜਾਏਂਗੀ ਉੱਥੇ ਦੇਖ ਕੇ? ਉਹ ਆਏ ਸੀਗੇ ਤਾਂ ਹੀ ਤਾਂ ਸਾਰੀ ਉਮਰ ਮੈਨੂੰ ਇੱਥੇ ਕੱਟਣੀ ਪਈ ਹੈ। ਮੈਂ ਰਿਸ਼ਤਾ ਦੇਖਣ ਕਿਹੜੀਆਂ ਤੀਵੀਆਂ ਜਾਂਦੀਆਂ ਹੁੰਦੀਆਂ ਨੇ, ਬੰਦੇ ਜਾਂਦੇ ਹੁੰਦੇ ਨੇ। ਕੋਈ ਨਹੀਂ ਜਾਂਦਾ, ਮੈਂ ਜਾਊਂਗੀ, ਮੈਂ ਤਾਂ ਉਹਦੀ ਧੀ ਦਾ ਰਿਸ਼ਤਾ ਕਰਨਾ, ਤਾਂ ਮੈਂ ਤਾਂ ਦੇਖ ਪਰਖ ਕੇ ਕਰੂੰਗੀ, ਮੈਂ ਉਹਨੂੰ ਐ ਸਿੱਟਣਾ ਨਹੀਂ ਹੈਗਾ ਵੀ ਆਈ ਨਹੀਂ ਲਿਜਾ ਕੇ ਉੱਥੇ ਡੋਬ ਦਿਆਂ ਮੈਂ। ਕੋਈ ਨਾ, ਲਿਆਉਣਾ ਨੋਵਾ ਕਰਾ ਕੇ ਬਾਹਰ ਚਲ ਜਾਊਂ ਤੈਨੂੰ ਮੈਂ, ਉੱਥੇ ਗੇਟ ਨਹੀਂ ਟੱਪਣ ਦਿੰਦਾ, ਗਿੱਟੇ ਨਹੀਂ ਵੱਡੇ ਜਾਣਗੇ ਤੇਰੇ। ਜਾਇਆ ਫਿਰ। ਚਲ ਹਰਦੀਪ ਤੂੰ ਕਾਹਨੂੰ ਲੜੀ ਜਾਂਦਾ? ਕਾਹਨੂੰ, ਉਹਨਾਂ ਚਿਰ ਸਾਰਦੀ ਨਹੀਂ ਇਹ, ਸਾਰਦੀ ਨਹੀਂ ਚੁੱਪ ਕਰਾ ਲਾ, ਤਾਂ ਸਹੀ ਬੋਲਦੀ ਹੈ, ਸਿਰ ਚੜ੍ਹਦੀ ਆ ਤੂੰ ਜ਼ਿਆਦੇ। ਤੈਨੂੰ ਕੀ ਦੁੱਖ ਹੈ? ਮੈਂ ਤਾਂ ਤੁਹਾਡਾ ਫਾਇਦਾ ਹੀ ਸੋਚਦੀ ਆ, ਸਾਨੂੰ ਨੀ ਲੋੜ ਫਾਇਦਾ ਦੀ, ਰੱਖ ਲਾ ਬਿਠਾ ਲਈਆਂ ਨੂੰ, ਫਿਰ ਡਾਂਗ ਜੀ ਨੂੰ ਘਰੇ ਕਰ ਦੇਗੀ ਫਿਰ 40 ਸਾਲ ਦੀ। ਮੇਰੀ ਧੀ ਚਾਹੇ 50 ਸਾਲ ਦੀ ਹੋ ਜੇ, ਮੈਂ ਰਿਸ਼ਤਾ ਉੱਥੇ ਨਹੀਂ ਕਰਦੀ, ਤੇ ਨਾ ਮੇਰੇ ਤੋਂ ਤੁਸੀਂ ਹੋ ਗਏ, ਤੁਸੀਂ ਕਰ ਸਕਦੇ ਹੋ। ਕੋਈ ਨਾ, ਦੇਖੀ ਜਾਊਗੀ, ਜਦੋਂ ਕਰਨਾ ਤੇਰੇ ਸਾਈਨ ਨਹੀਂ ਕਰਾਉਣੇ ਹੈਗੇ, ਉਹਦਾ ਕਰ ਹੀ ਦੇਣਾ ਮੈਂ, ਘਸਾੜ ਹੀ ਦੇਖਣਾ ਸੀ ਤੁਹਾਡਾ ਵੀ ਕਿਵੇਂ ਆ। ਦੱਸ ਇਹਨਾਂ ਦਾ ਕੀ ਹਾਲ ਹੋਇਆ ਪਿਆ, ਮਾਵਾਂ ਧੀਆਂ ਦਾ ਬੋਲਦੀਆਂ ਹੀ ਬਹੁਤ ਨੇ। ਉਹ ਆ ਗਏ ਇੱਥੇ, ਇਹਦੇ ਮਾਮੇ ਆ ਗਏ, ਉਹਨਾਂ ਨੇ ਲਾਤੀ ਪੜ੍ਹਨ, ਹੁਣ ਚਾਬਰ ਚਾਬਰ ਜਵਾਨ ਵੀ ਚੱਲਣ ਲੱਗ ਗਈ, ਹਜੇ ਪਤਾ ਨਹੀਂ ਪਾਸ ਹੋਊਗੀ ਪੇਪਰਾਂ ਚੋਂ ਕਿ ਨਾ, ਆ ਜਵਾਨ ਚੋਂ ਤਾਂ ਪਾਸ ਹੋਊਗੀ। ਚੱਲ ਛੱਡ ਤੂੰ ਕੰਮ ਦੀ ਗੱਲ ਕਰ, ਹੁਣ ਤੂੰ ਮੇਰੀ ਗੱਲ ਸੁਣ, ਕਦ ਜਾਣਾ ਦੇਖਣ? ਹੁਣ ਮੈਂ 5-4 ਦਿਨ ਉਰੀ ਰਹੂੰਗੀ। ਕੋਈ ਨਾ, ਚੱਲਾਂਗੇ ਆਪਾਂ, ਆਪਾਂ ਇਹਨਾਂ ਕਿਹੜਾ ਪੁੱਛਣਾਗਾ, ਰਿਸ਼ਤਾ ਤਾਂ ਕਰਨਾ ਹੀ ਕਰਨਾ, ਆਪਾਂ ਚੱਲ ਬੜਾਂਗੇ ਕਿਤੇ, ਕੱਲ੍ਹ ਨੂੰ ਵਗ ਚੱਲਾਂਗੇ, ਅੱਜ ਜਾਣਾ ਮੇਰੇ ਉਹਨੂੰ ਤਾਂ ਹੁਣ ਤੁਰ ਪਾ। ਨਹੀਂ ਕੱਲ੍ਹ ਨੂੰ ਚੱਲਾਂਗੇ, ਨਾਲੇ ਮੇਰੀ ਗੱਲ ਸੁਣ ਲਾ, ਆ ਕੁੜੀ ਜੀ ਨੂੰ ਕੱਲ੍ਹ ਨੂੰ ਕਾਲਜ ਨਾ ਜਾਣ ਦੇ,
ਇਹ ਤੋਂ ਕੀ ਕਰਾਉਣਾ ਤੈਂ, ਜਾਣ ਦੇ ਕਾਲਜ ਦੇਖ ਕੇ ਤਾਂ ਆਉਣਾਗਾ। ਬਸ ਘਰੀ ਬੈਠੀ ਰਹਿਣ ਦੇ ਉਹਨੂੰ। ਚੱਲ ਕੋਈ ਨਾ ਦੇਖ ਲਾਂਗੇ, ਕੋਈ ਨਾ ਨਾ ਜਾਣ ਦੇਵਾਂਗੇ। ਥੋੜਾ ਜਿਹਾ ਮੈਨੂੰ ਲੱਗਦਾ ਹੁਣ ਤੈਂ ਵੀ ਇਹਨਾਂ ਨੂੰ ਡਰ ਘਟਾਤਾ, ਤਾਂ ਹੀ ਇੰਨਾ ਬੋਲਦੀਆਂ ਨੇ। ਉਹ ਡਰ ਕਾਹਨੂੰ ਘਟਾਤਾ, ਇਹੀ ਵੱਧ ਬੋਲਣ ਲੱਗ ਗਈਆਂ। ਜੇ ਬਾਹਲਾ ਬੋਲਦਿਆਂ ਆਸੇ ਪਾਸੇ ਭੈੜੇ ਲੱਗਦੇ ਆਂਗੇ, ਸੁਣਦੇ ਆਂਗੇ। ਚਾਵਰ ਚਾਵਰ ਤਾਂ ਬੋਲਣ ਲੱਗ ਗਈਆਂ। ਚਵਰ ਚਵਰ ਤਾਂ ਹੀ ਬੋਲਣ ਲੱਗ ਗਿਆ, ਹੁਣ ਮੇਰਾ ਗੇੜਾ ਨਹੀਂ ਲੱਗਿਆ ਨਾ, ਦੋ ਤਿੰਨ ਮਹੀਨੇ ਹੋ ਗਏ। ਤੈਨੂੰ ਕਿਹਾ ਤਾਂ ਸੀ ਭਾਈ ਇੱਥੇ ਗੇੜਾ ਮਾਰ ਜਾ ਕਰ, ਮਾਰ ਜਾ ਕਰ ਗੇੜਾ। ਤੂੰ ਕਿਹੜਾ ਸੁਣਦੀ ਆ ਕਿਸੇ ਕੰਜਰ ਦੀ? ਜਦ ਤਾਂ ਦੇਖ ਲਾ ਤੀਰ ਮੰਗੂ ਸਿੱਧੀਆਂ ਹੋਈਆਂ ਪਈਆਂ ਦੀ, ਆਹ ਹਾਲ ਦੇਖ ਲਾ ਘਰ ਦਾ ਕੀ ਕਰਿਆ ਪਿਆ, ਮਾੜੀ ਮੋਟੀ ਸਫਾਈ ਵੀ ਨਹੀਂ ਰੱਖ ਸਕਦੀਆਂ। ਸਫਾਈ ਨਾ ਕਿਤੇ ਹੋਰ ਕੁਛ, ਉਹ ਖਾਣ ਤੇ ਵਿਹਲ ਨਹੀਂ ਮਿਲਦੀ, ਉਦੋਂ ਕਾਲਜ ਚੋਂ ਨਹੀਂ ਵਿਹਲ ਮਿਲਦੀ, ਆ ਕੇ ਕਿਤਾਬਾਂ ਚੱਕ ਲੈਂਦੀ ਆ, ਪਤਾ ਨਹੀਂ ਕੀ ਗੀਤ ਪੜ੍ਹਦੀ ਆ, ਕੋਈ ਆਪਦਾ ਕਾਲਜ ਦਾ ਸਿਸਟਮ ਜਿਹਾ ਪੜ੍ਹਦੀ ਆ। ਹਜੇ ਤਾਂ ਫੋਨ ਮੰਗਦੀਆਂ ਸੀ, ਮੈਂ ਕਿਹਾ ਮੈਂ ਨਹੀਂ ਲਿਆ ਕੇ ਦਿੰਦਾ ਫੋਨ, ਹੈਗਾ ਮੇਰੇ ਕੋਲ, ਜਿਹਨੇ ਗੱਲ ਕਰਨੀ ਹੈ ਤੇ ਕਰ ਲਿਆ ਕਰੋ। ਕੋਈ ਲੋੜ ਨਹੀਂ, ਫਿਰ ਤਾਂ ਜਮਾ ਹੀ ਕੰਮ ਖਰਾਬ ਹੋ ਜੂ ਜੇ ਤਾਂ ਫੋਨ ਲੈ ਕੇ ਦੇਤਾ। ਚੱਲ ਕੋਈ ਨਾ, ਹੁਣ ਦੇਖ ਅੰਦਰ ਖਾਣ ਪੱਟੀ ਲੈ ਕੇ ਪੈ ਗਈਆਂ ਹੋਣਗੀਆਂ, ਮਰਨਗੀਆਂ। ਚੱਲ ਕੋਈ ਨਾ ਚੱਲਾਂਗੇ ਭੈਣੇ, ਤੂੰ ਨਾ ਬੜਾ ਬੋਲੀ ਇਹਨਾਂ ਨਾਲ। ਨਾ ਮੈਂ ਤਾਂ ਕੀ ਬੋਲਣਾ, ਮੇਰੇ ਮੂਹਰੇ ਬੋਲ ਵੀ ਕੀ ਜਾਣਗੀਆਂ, ਮੈਂ ਤਾਂ ਇੱਕੋ ਹੀ ਨਹੀਂ ਬੋਲੀ ਤੇਰੀ ਲਿਹਾਜ਼ ਨੂੰ। ਚੁੱਪ ਕਰ ਪੁੱਤ, ਕਿਉਂ ਰੋਈ ਜਾਂਦੀ ਇਹ, ਸਵੇਰ ਦੀ ਲੱਗੀ ਆ ਰੋਣਾ। ਚੱਲ ਉੱਠ ਖੜੀ ਹੋ, ਰੋਟੀ ਖਾ ਜਾ। ਮੈਂ ਨਹੀਂ ਖਾਂਦੀ ਹੈਗੀ, ਭੂਆ ਨੂੰ ਖਵਾ ਦਿਓ ਜਾ ਕੇ। ਉਹ ਤਾਂ ਖਾ ਕੇ ਦੋਨੇ ਭੈਣ ਭਰਾ ਪੈ ਗਏ ਨੇ, ਉਹਨਾਂ ਨੂੰ ਕੀ ਹੈਗਾ। ਤੂੰ ਖੜੀ ਹੋ, ਭੁੱਖੀ ਥੋੜੀ ਰਹਿਣਾ ਹੈਗਾ। ਮੈਂ ਥੋੜੀ ਹੁੰਦਾ ਹੁੰਦਾ, ਜਮੀ ਕਮਾਲ ਕਰਦੇ ਨੇ, ਮੈਂ ਨੀ ਹਾਲੇ ਵਿਆਹ ਵੀ ਕਰਾਉਂਦੀ ਹੈਗੀ। ਆਪਦੀ ਕੁੜੀ ਤਾਂ ਕਿਉਂ ਨੀ ਕਰਦੀ, ਏਡੀ ਵੱਡੀ ਬੋਤੀ ਹੋ ਰਹੀ ਹੈ, 30 ਸਾਲ ਤੋਂ ਉੱਪਰ ਹੋ ਰਹੀ ਆ ਉਹ। ਆਹੀ ਤਾਂ ਉਹਨੂੰ ਮਚੇਵਾ ਹੋ ਗਿਆ, ਤਾਂ ਹੀ ਤਾਂ ਬੋਲੀ ਆ ਹੁਣ ਇੰਨਾ ਆਪਣੇ ਨਾਲ, ਜਿਹੜਾ ਕਹਿਤਾ ਆਪਾਂ ਨੂੰ। ਆਪਾਂ ਕਿਹੜਾ ਉੱਥੇ ਕਰਨ ਲੱਗੇ ਹਾਂ, ਗੱਲ ਸੁਣ, ਦੇਖ ਆ ਉਹਦਾ ਰਿਸ਼ਤਾ ਦੇਖਣ ਜਾਂਦੇ ਹੈਗੇ, ਜਦੋਂ ਕੋਈ ਗੱਲਬਾਤ ਹੋਊਗੀ ਤੇਰੇ ਮਾਮੇ ਹੋਰੇ ਵੀ ਤਾਂ ਜਾਣਗੇ ਉੱਥੇ, ਉਹ ਵੀ ਤਾਂ ਦੇਖਣਗੇ, ਉਹਨਾਂ ਤੋਂ ਬਿਨਾਂ ਪੁੱਛਿਆ ਕਿਵੇਂ ਕਰ ਦੂਗਾ ਇਹ। ਨਾਲੇ ਤੈਨੂੰ ਤਾਂ ਪਤਾ ਤੇਰੇ ਮਾਮੇ ਦਾ ਵੀ ਕਿਹੋ ਜਿਹਾ ਸੁਭਾਅ ਉਹਦਾ। ਤੂੰ ਵੀ ਮਾਮੇ ਨੂੰ ਜਾਣ ਕੇ ਨਹੀਂ ਫੋਨ ਕਰਦੀ ਹੈਗੀ, ਹੁਣ ਵੀ ਤਾਂ ਤੂੰ ਫੋਨ ਕਰਕੇ ਕਹਿ ਹੀ ਸਕਦੀ ਹੈ, ਵਧੀਆ ਇਹ ਤੜਕੇ ਇਹਨਾਂ ਦਾ ਜਾਣਾ ਕੈਂਸਲ ਹੋ ਜੂਗਾ। ਫੋਨ ਤਾਂ ਉਹਨੂੰ ਮੈਂ ਕਰੂੰਗੀ, ਮੇਰਾ ਕਿਹਾ ਜੀ ਨਹੀਂ ਕਰਦਾ ਵੀ ਗੱਲ ਦੱਸਾਂ ਉਹਨੂੰ ਮੈਂ, ਗੱਲ ਕਰ, ਮੈਂ ਤਾਂ ਕਲੇਸ਼ ਤੋਂ ਡਰਦੀ ਹਾਂ ਵੀ ਕਲੇਸ਼ ਨਾ ਜਾਂਦੇ ਬਾਅਦ ਜੀ ਆਪਣਾ। ਤੂੰ ਕਲੇਸ਼ ਤੋਂ ਹੀ ਡਰੀ ਜਾਈ, ਇੱਥੇ ਮੈਨੂੰ ਕਿਸੇ ਅੰਕਲ ਨਾਲ ਵਿਆਹ ਕੇ ਪਰਾਂ ਕਰਨਗੇ। ਐਂ ਕਿਵੇਂ ਵਿਆਹ ਦੇਣਗੇ, ਮੈਂ ਨਾਲ ਜਾਊਂ ਤੜਕੇ ਉਹਨਾਂ ਦੇ। ਤੈਨੂੰ ਤਾਂ ਲਜਾਈ ਖੜੇ ਨੇ ਮਾਂ ਨਾਲ, ਉਹ ਗੁਰਦੌਰੀ ਤਾਂ ਉਰੇ ਭੂਆ ਦੀ ਚੱਲਦੀ ਹੈ ਨਾ, ਭੂਆ ਕੌਣ ਹੁੰਦੀ ਹੈ ਉਰੇ ਆ ਕੇ ਆ ਰੋ ਮਾਰਨ ਵਾਲੀ। ਇਹ ਗੱਲ ਤਾਂ ਨਾ ਤੁਸੀਂ ਦਿਮਾਗ 'ਚੋਂ ਕੱਢ ਦਿਓ ਵੀ ਇਹਦੀ ਗੁਰਦੌਰੀ ਨਹੀਂ ਚੱਲਣੀ, ਜਦੋਂ ਦੀ ਮੈਂ ਵਿਆਹੀ ਆਈ ਹੈ ਨਾ ਉਦੋਂ ਦੀ ਇਸੇ ਦੀ ਚੱਲਦੀ ਹੈ ਘਰ 'ਚ, ਤੁਸੀਂ ਤਾਂ ਉਦੋਂ ਹੋਏ ਵੀ ਨਹੀਂ ਸੀ। ਅੱਛਾ, ਇੰਨੇ ਸਾਲਾਂ 'ਚ ਤੁਹਾਡੇ ਤੋਂ ਇਕੱਲੀ ਭੂਆ ਹੀ ਨਹੀਂ ਸਮਝੀ ਹੈਗੀ ਹੈ, ਮੇਰਾ ਤਾਂ ਐਂ ਜੀ ਕਰਦਾ ਪਾਪੇ ਵਾਲੀ ਘੋਬ ਜੀ ਫੜ ਕੇ ਨਾ ਢਿੱਡ 'ਚ ਖਵੋ ਉਹਦਾ। ਗੱਲ ਕਰ, ਪਾਪਾ ਇੱਧਰ ਉੱਧਰ ਹੀ ਨਹੀਂ ਜਾਂਦਾ, ਸਾਰਾ ਦਿਨ ਘਰ ਹੀ ਰਹਿੰਦਾ। ਕਿਉਂ ਬੋਲੀ ਜਾਂਦੇ, ਉਹਨੇ ਸੁਣ ਲੈਣਾ ਫਿਰ, ਫਿਰ ਟੱਪੂਗਾ ਉੱਠ ਕੇ। ਜਿਹੜਾ ਸੁਣਦਾ ਸੁਣੀ ਜਾਵੇ, ਮੈਂ ਇੱਕ ਵਾਰ ਕਹਿਤਾ ਮੇਰੀ ਪੱਥਰ 'ਤੇ ਲਕੀਰ ਹੈ, ਮੈਂ ਵਿਆਹ ਨਹੀਂ ਕਰਾਉਂਦੀ, ਨਹੀਂ ਕਰਾਉਂਦੀ, ਨਹੀਂ ਕਰਾਉਂਦੀ, 100 ਵਾਰ ਕਹਾ ਲਓ। ਅਤੇ ਮੈਂ ਕਿਹੜਾ ਤੈਨੂੰ ਕਹੀ ਜਾਂਦੀ ਹਾਂ, ਤੂੰ ਮੈਨੂੰ ਬੋਲੀ ਜਾਂਦੀ ਹੈ, ਮੈਂ ਤਾਂ ਆਪ ਤੇਰੇ ਨਾਲ ਆਂਗੀ ਵੀ ਨਹੀਂ ਕਰਨਾ ਉੱਥੇ ਵਿਆਹ ਜਿੱਥੇ ਇਹ ਕਹਿੰਦੀ ਆ। ਤੂੰ ਮਾਮੇ ਹੋਰਾਂ ਨੂੰ ਕਿਉਂ ਨਹੀਂ ਬੁਲਾਉਂਦੀ ਫਿਰ ਤੜਕੀ ਨੂੰ? ਮੈਂ ਕਰਦੀ ਹਾਂ ਫੋਨ, ਕੋਈ ਨਹੀਂ, ਹੁਣ ਮੈਨੂੰ ਟਾਈਮ ਤਾਂ ਲੱਗਣ ਦੇ, ਪਹਿਲਾਂ ਤਾਂ ਹੁਣ ਰੋਟੀ ਟੁੱਕ ਬਣਾ ਕੇ ਖਵਾਇਆ ਉਹਨਾਂ ਨੂੰ, 100 ਕੁਛ ਬਣਾ ਦੇ, ਆਹ ਬਣਾ ਦੇ, ਸਬਜ਼ੀਆਂ ਆਹ ਬਣਾ ਦੇ। ਕਮਾਲ ਕਰਦੀ ਹੈ ਲੈ, ਨਾ ਮੈਨੂੰ 9 ਪਾਰਸ ਨੂੰ ਕਹਿ ਦਿੰਦੇ ਨੇ ਲਾਉਣੀ ਨਹੀਂ, ਤੂੰ 9 ਨਹੀਂ ਵਧਾਉਣੇ ਹੈਗੇ, ਤੂੰ ਐਂ ਨਹੀਂ ਕਰਨਾ, ਤੂੰ ਐਂ ਕਰਨਾ, ਮੈਂ ਹੋਰ ਕਰਾਂ ਕੀ ਫਿਰ, ਜਦੋਂ ਪਤਾ ਸੀ ਤੁਹਾਨੂੰ ਕੁੜੀ ਹੈ, ਉਦੋਂ ਤਾਂ ਅਲਟਰਾਸਾਊਂਡ ਵੀ ਕਰ ਦਿੰਦੇ ਹੁੰਦੇ ਸੀ, ਉਹਦੀ ਗਲਾ ਘੋਟ ਦਿੰਦੇ, ਪਰਾਂ ਗਲਾ ਘੋਟ ਦਿੰਦੇ, ਤੂੰ ਤਾਂ ਕਹਿਦਾ ਗਲਾ ਘੋਟ ਦਿੰਦੇ, ਮੈਨੂੰ ਪੁੱਛ ਕੇ ਦੇਖ ਨਾ। ਮੈਨੂੰ ਵੀ ਤਾਂ ਔਖੀ ਹੋਣੀ ਆ, ਮੈਨੂੰ ਨਹੀਂ ਦਿੱਤਾਗਾ, ਮੇਰਾ ਚੱਕ ਕੇ ਸਮਾਨ ਉਹ ਸਿੱਟਿਆ ਹੁੰਦਾ ਸੀਗਾ, ਲਾਉਣ ਪਾਉਣ ਹੁਣ ਇਹ ਤੈਨੂੰ ਦੇਊਗਾ ਜਾਂ ਕੁਛ। ਚੱਲ ਤੂੰ ਛੱਡ ਸਾਰੀ ਗੱਲ, ਚੱਲ ਅੱਜ ਰੋਟੀ ਖਾ ਕੇ। ਮੈਂ ਨਹੀਂ ਖਾਣੀ ਹੈਗੀ ਮਾਂ, ਉੱਠ ਖੜ, ਮੈਂ ਵੀ ਨਹੀਂ ਖਾਧੀ ਹਜੇ, ਮੈਨੂੰ ਭੁੱਖ ਨਹੀਂ ਹੈਗੀ। ਭੁੱਖ ਕਿਉਂ ਨਹੀਂ ਹੈਗੀ? ਉਹ ਲਾਡਲੇ ਨੂੰ ਖਵਾ ਲਿਆ ਤੈਨੂੰ, BA ਪਾਸ ਨੂੰ, ਉਹ ਖਾ ਲੂਗਾ, ਠੀਕ ਹੈ। ਉਹ ਤਾਂ ਖਾ ਕੇ ਪੈ ਗਏ ਨੇ, ਚੜ ਗਿਆ ਕੋਠੇ ਤੇ ਉਹਦਾ। ਚੱਲ ਖੜੀ ਹੋ ਜਾ, ਸਵੇਰੇ ਕਰੂੰਗੀ ਤੇਰੇ ਮਾਮੇ ਨੂੰ ਫੋਨ ਮੈਂ। ਪੂਰੀ ਲਿਆ ਦੇ। ਚੱਲ ਚੰਗਾ, ਲਿਆ ਦਿੰਦੀ ਹਾਂ ਉਹਦੇ।